ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਪੰਜਵਾ ਗਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਏਹ ਰਾਖੋ ਪੈਜ ਤੁਮਾਰੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਬੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਏਹ ਰਾਖੋ ਪੈਜ ਤੁਮਾਰੀ ਹਰ ਜਿਓ ਨਿਮਾਣੀ ਆ ਤੂ ਮਾਨ ਨੇ ਚੀਜਾਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਹਰ ਜਿਉ ਨਿਮਾਨਿਆ ਤੂੰ ਮਾਨ ਨੇ ਚੀਜਾਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਪਤਸ਼ਾਹ ਦੀ ਸਾਜੇ ਸਾਰੀ ਸਤ ਸੰਗਤਿਓ ਵਡ ਭਾਗੇ ਹਾਂ ਉਸ ਧਰਤੀ ਤੇ ਆਏ ਹਾਂ ਜਿਸ ਬਾਰੇ ਕਦੀ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਮਰਦਾਨਿਆਂ ਇਥੇ ਮੋਖ ਭੋਗ ਦੀ ਨਦੀ ਵਹੇਗੀ ਪਦਾਰਥਾਂ ਦੀ ਵੀ ਕੋਈ ਘਾਟ ਨਹੀਂ ਰਹੇਗੀ ਔਰ ਨਾਮ ਦਾ ਪ੍ਰਵਾਹ ਹਮੇਸ਼ਾ ਇੱਥੇ ਚੱਲਦਾ ਰਹੇਗਾ ਇੱਥੇ ਬੈਠ ਕੇ ਸਤਿਗੁਰਾਂ ਨੇ ਕੀਰਤਨ ਕੀਤਾ ਸੀ ਤਾਨ ਗੁਰੂ ਅਮਰਦਾਸ ਜੀ ਨੇ ਇੱਥੇ ਚਰਨ ਪਾਏ ਤੱਕ ਲਾਇਆ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ਬਦ ਦੀ ਜੋਤ ਜਗਾਈ ਬਠਾ ਸੋਢੀ ਪਾਤਸ਼ਾਹ RAM DAS SATGURU ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵਾ ਸ਼ਬਦ ਦੀ ਜੋਤ ਅਜ ਵੀ ਜਗ ਰਹੀ ਹੈ ਦਿਨ ਰਾਤ ਜਗ ਰਹੀ ਹੈ ਸ਼ਬਦ ਦਾ ਪ੍ਰਵਾਹ ਚੱਲਦਾ ਹੈ ਅਮਰਤ ਵੇਲਾ ਜੋ ਇਥੇ ਸੰਭਿਆ ਔਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਥੇ ਅਦਬ ਹੈ ਸਾਰੇ ਸੰਸਾਰ ਵਾਸਤੇ ਮੈਂ ਸਮਝਦਾ ਉਹ ਇੱਕ ਚਾਨਣ ਮਨਾਰਾ ਹੈ ਕਿ ਅਦਬ ਸਿੱਖਣਾ ਹੈ ਤੇ ਅਮਰਤ ਸਰ ਸਾਹਿਬ ਜਾ ਕੇ ਸਿੱਖੋ ਪਾਲਕੀ ਨੂੰ ਮੋੜਾ ਦੇਣ ਵਾਲੇ ਕਿਵੇਂ ਆਦਰ ਨਾਲ ਅੱਗੇ ਹੁੰਦੇ ਹਨ ਹੱਥ ਜੋੜ ਕੇ ਸੰਗਤਾਂ ਉਡੀਕਦੀਆਂ ਹਨ ਕਿ ਆਓ ਪਾਤਸ਼ਾਹੋ ਦਰਸ਼ਨ ਦਿਓ ਜੁਗੁ ਜੁਗ ਟਾਲਿ ਸ਼੍ਰੀ ਗੁਰੂ ਗੁਰੰਤ ਸਾਹਿਬ ਜੀ ਨੇ ਆਉਣਾ ਹੈ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਨੇ ਆਉਣਾ ਹੈ ਔਰ ਸੰਗਤਾਂ ਨੇ ਆਦਰ ਵਜੋਂ ਕੀਰਤਨ ਪਹਿਲੇ ਹੀ ਆਰੰਭ ਕਰ ਦਿੱਤਾ ਫੇਰ ਉੱਠ ਕੇ ਸਤਨਾਮ ਵਾਹਿਗੁਰੂ ਦਾ ਆਵਾਜ਼ਾ ਫਿਰ ਮਹਿਮਾ ਵਿੱਚ ਸਵਈਏ ਫਿਰ ਹੁਕਮ ਅੱਜ ਜੋ ਹੁਕਮ ਬਖਸ਼ਿਸ਼ ਹੋਇਆ ਆਪ ਜੀ ਨੇ ਸਰਵਣ ਕੀਤਾ ਹੈ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਸੋਠ ਰਾਗ ਵਿੱਚ ਇਹ ਸ਼ਬਦ ਹੈ ਅੰਕ 624 ਤੇ ਸੁਭਾਏ ਮਾਨ ਹੈ ਪਾਈ ਸਾ ਭਾਈ ਗੁਰਸੇਵਕ ਸਿੰਘ ਜੀ ਨੇ ਆਪ ਨੂੰ ਸਰਵਣ ਕਰਵਾਇਆ ਹੈ ਵਿਚਾਰ ਅਸੀਂ ਜੁੜ ਮਿਲ ਕੇ ਕਰਨੇ ਹੈ ਤੇ ਸਤਿਗੁਰੂ ਅੱਗੇ ਝੋਲੀ ਕਰੀਏ ਬੁੱਧ ਤੁਸੀਂ ਬਖਸ਼ੋ ਸੋਜੀ ਤੁਸੀਂ ਬਖਸ਼ੋ ਪ੍ਰਕਾਸ਼ ਤੁਸੀਂ ਦਿਓ ਪਾਤਸ਼ਾਹ ਅਰਥਾਂ ਦਾ ਤੁਹਾਨੂੰ ਹੀ ਪਤਾ ਹੈ ਸਾਡੀ ਝੋਲੀ ਵਿੱਚ ਜਿੰਨਾ ਕੁ ਪਾਉਂਦੇ ਹੋ ਉਹਨਾਂ ਕੇ ਅਸੀਂ ਵਿਚਾਰ ਲੈਂਦੇ ਹਾਂ ਗਿਆਨ ਦੇ ਦਾਤਾ ਤੇ ਤੁਸੀਂ ਹੋ ਮਿਹਰ ਕਰੋ ਬਖਸ਼ਿਸ਼ ਕਰੋ ਤੇ ਸ਼ਬਦ ਦਾ ਮੁੱਖ ਭਾਵ ਆਇਆ ਹਰ ਜਿਓ ਤੇ ਹਰੀ ਜਿਓ ਨਿਮਾਣਿਆ ਤੂੰ ਮਾਨ ਤੂੰ ਨਿਮਾਨਿਆਂ ਦਾ ਮਾਨ ਹੈ ਰੱਬ ਦੇ ਘਰ ਵਿੱਚ ਇੱਕ ਚੀਜ਼ ਨਹੀਂ ਜਾ ਸਕਦੀ ਬਾਕੀ ਸਭ ਕੁਝ ਜਾ ਸਕਦਾ ਉਹ ਕੀ ਹੈ ਹੰਕਾਰ ਨਹੀਂ ਜਾ ਸਕਦਾ ਹੰਕਾਰੀ ਆ ਵੀ ਜਾਏ ਤੇ ਆ ਕੇ ਵੀ ਨਹੀਂ ਆਇਆ ਹਰ ਜਿਓ ਹੰਕਾਰ ਨ ਭਾਵਏ ਵੇਦ ਕੋ ਸੁਣਾਮ ਹੰਕਾਰ ਨਹੀਂ ਆ ਸਕਦਾ ਮਾਣ ਉਹਨੂੰ ਚੰਗਾ ਨਹੀਂ ਲੱਗਦਾ ਕਬੀਰ ਸਾਹਿਬ ਨੇ ਤੇ ਮਾਣ ਕਰਨ ਵਾਲੇ ਨੂੰ ਚੋਰ ਕਿਹਾ ਉਹ ਕਹਿੰਦੇ ਨੇ ਚੋਰ ਕੀ ਹੁੰਦਾ ਕੀ ਹੈ ਤੇ ਜੁੱਤੀ ਕਿਸੇ ਦੀ ਤੇ ਪਾ ਕੇ ਆ ਕੇ ਜੀ ਮੇਰੀ ਫੜ ਲੈਿੰਦੇ ਨੇ ਕਹਿੰਦੇ ਨੇ ਤੇਰੀ ਨਹੀਂ ਤੂੰ ਤੇ ਚੋਰ ਐ ਜੁੱਤੀ ਚੋਰ ਜੁੱਤੀ ਚੋਰਾਂ ਨੂੰ ਮਾਰਾਂ ਪੈਂਦੀਆਂ ਮੈਂ ਵੇਖੇਂ ਦਸਤਾਰ ਕਿਸੇ ਦੀ ਐ ਤੇ ਬਨ ਕੇ ਆਖੇ ਮੇਰੀ ਕਹਿੰਦੇ ਨੇ ਪਗੜੀ ਚੋਰ ਹੁਣ ਹੈ ਸਭ ਕੁਝ ਰੱਬ ਦਾ ਤੇ ਬੰਦਾ ਆਖੇ ਮੇਰਾ ਕਿ ਕਹਿੰਦੇ ਨੇ ਚੋਰ ਨਾ ਹੋਇਆ ਤੇ ਹੋਰ ਕੀ ਹੋਇਆ ਅਸੀਂ ਆ ਤੇਰੇ ਚੋਰ ਸੰਦਕ ਤੋਹੇ ਸੰਦਕ ਸੰ ਲੈਉਣ ਵਾਲਾ ਚੋਰ ਸੰਦਕ ਤੋਹੇ ਸਾਧਨ ਹੈ ਕਹੀ ਆ ਸ਼ਰਨ ਪਰੇ ਤੁਮਰੀ ਪਗ ਅਸੀਂ ਤੇ ਵਿਗਾੜ ਹੀ ਵਿਗਾੜ ਕੇ ਤੂੰ ਸੇ ਬਚਾ ਲੋ ਰੱਖ ਲੋ ਰਾਖ ਲਿਓ ਹਮ ਤੇ ਬਿਗਰੀ ਸੇਲ ਤਾਰਮ ਜਪ ਭਗਤ ਨਾ ਕੀਨੀ ਹਉ ਅਬੇਮਾਨ ਟੇਡ ਪਗ ਰ ਵਿੰਗਾਰਾ ਅਸੀਂ ਫੜੇ ਆ ਟੇਡੇ ਟੇਡੇ ਚੱਲਨੇ ਆ ਹੰਕਾਰ ਦੇ ਕਾਰਨ ਜਿਹੜਾ ਇਹ ਕਹਿੰਦਾ ਦਾਤਾ ਮੇਰਾ ਕੁਛ ਨਹੀਂ ਸਭ ਕੁਛ ਤੇਰਾ ਮੇਰੇ ਘਰ ਵਿੱਚ ਵੀ ਜੋ ਹੈ ਇਹ ਤੇਰਾ ਦਿੱਤਾ ਹੋਇਆ ਮੇਰਾ ਇੱਥੇ ਕੁਛ ਨਹੀਂ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਹੈ ਤੇ ਠੀਕ ਇਹ ਫੋਕੀ ਨਿਰਮਾਣਤਾ ਹੀ ਨਾ ਸਮਝ ਲੈਣੀ ਨਹੀਂ ਹੈ ਹੀ ਐਸਾ ਮਰਜ਼ ਕਰਾਂ ਸੂਰਜ ਦੀਆਂ ਕਿਰਨਾਂ ਸਾਡੇ ਘਰ ਵਿੱਚ ਵੀ ਹੋਣ ਹੈਨ ਤੇ ਸੂਰਜ ਦੀਆਂ ਸਾਡੀਆਂ ਤੇ ਨਹੀਂ ਹਵਾ ਸਾਡੇ ਘਰ ਵਿੱਚ ਵੀ ਹੋਵੇ ਹੈ ਤੇ ਹਵਾ ਹਵਾ ਦੀ ਪ੍ਰਮਾਤਮਾ ਦੀ ਹੁਣ ਮੈਂ ਥੋੜੀ ਹਵਾ ਬਣਾਈ ਹੈ ਕਿ ਇਹ ਸੂਰਜ ਮੈਂ ਚੜਾਉਣਾ ਤੇ ਮੈਂ ਡੋਬਣਾ ਨਹੀਂ ਸਭ ਕੁਝ ਉਸੇ ਦਾ ਮੇਰੇ ਹੱਥ ਨਾਲ ਵੀ ਜੋ ਹੋਵੇ ਹੱਥ ਕਿਸ ਦਾ ਹੱਥ ਤੇ ਉਸੇ ਦਾ ਦਿੱਤਾ ਹੈ ਨਾ ਫਿਰ ਕਰਮਿਓ ਉਸੇ ਦਾ ਜੁਬਾਨ ਨਾਲ ਘੜੀ ਜਪਲੇ ਆ ਤੇ ਫਿਰ ਇਹ ਜ਼ੁਬਾਨ ਕਿਸ ਦੀ ਹੈ ਉਸੇ ਦੀ ਦਿੱਤੀ ਹੋਈ ਸ਼ਰੀਰ ਉਸੇ ਦਾ ਦਿੱਤਾ ਹੋਇਆ ਨਿਮਾਣਾ ਜਿਹੜਾ ਮਣ ਜਾਏ ਨਾ ਮੈਂ ਦੋਹਾਂ ਦਾ ਨਾਮ ਲੈਦਿਆਂ ਜ਼ਿਆਦਾ ਸਮਾਂ ਇਸ ਪਾਸੇ ਨਾ ਲਾਵਾਂ ਪ੍ਰਲਾਦ ਹੈ ਨਿਮਾਣਾ ਤੇ ਅਰਨਾਖਸ਼ ਹੈ ਮਾਣ ਵਾਲਾ ਹੰਕਾਰੀ ਤੇ ਮਿਲਦਾ ਕਿਸ ਨੂੰ ਹੈ ਜਿਸ ਵੇਲੇ ਹਰਨਾਖਸ਼ ਨੂੰ ਮਾਰ ਦਿੰਦਾ ਤੇ ਨਰ ਸਿੰਘ ਗਰਜੇ ਦੇਵਤੇ ਡਰ ਗਏ ਉਹਨਾਂ ਕਹੇ ਸ੍ਰਿਸ਼ਟੀ ਕਰਕ ਹੋ ਜਾਏਗੀ ਨਰ ਸਿੰਘ ਨੂੰ ਭਗਵਾਨ ਨੂੰ ਸ਼ਾਂਤ ਕਰੋ ਕੋਈ ਡਰਦਾ ਨਾ ਜਾਏ ਹੁਣ ਜਿਹੜਾ ਕੰਮ ਹੋਰ ਨਾ ਨਾ ਕੋ ਕਰੇ ਉਹ ਪਤਨੀ ਕੋਲ ਕਰਵਾਲੇ ਪਤਨੀ ਪਤੀ ਨੂੰ ਮਨਾ ਲੈਂਦੀ ਲక్ష్ਮੀ ਨੂੰ ਕਿਹਾ ਮਾਤਾ ਨਰਸਿੰਘ ਦਾ ਰੂਪ ਤੂੰ ਸ਼ਾਂਤ ਕਰ ਉਹ ਵੀ ਡਰ ਗਈ ਕਹਿਣ ਲੱਗੇ ਮੇਰੇ ਵਸਤੀ ਗੱਲ ਨਹੀਂ ਅੱਜ ਕੋਈ ਵੀ ਨਾ ਜਾਵੇ ਉਹ ਪੰਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਦੇਵ ਕੁਲੇ ਦੇਵਤਿਆਂ ਦੀਆਂ ਕੁਲਾਂ ਦੇਵ ਕੁਲੇ ਲਕਸ਼ਮੀ ਕੋ ਕਰ ਜੈਕਾਰ ਮਾਤਾ ਤੇਰੀ ਜੈ ਹੋਵੇ ਜੈ ਹੋਵੇ ਜੈ ਜੈਕਾਰ ਕਰਨ ਮਾਤਾ ਨਰਸਿੰਘ ਕਾ ਰੂਪ ਨਿਵਾਰ ਮਾਤਾ ਨਰਸਿੰਘ ਦਾ ਰੂਪ ਦੂਰ ਕਰੇ ਡਰਾਉਣਾ ਰੂਪ ਸ਼ਾਂਤ ਕਰ ਲਕਸ਼ਮੀ ਭਉ ਕਰੇ ਉਹ ਡਰਦੀ ਲਕਸ਼ਮੀ ਭਉ ਕਰੇ ਨਾ ਜਾਏ ਨਹੀਂ ਜਾਂਦੇ ਤੇ ਗਿਆ ਕੌਣ ਪ੍ਰਹਲਾਦ ਜਨ ਚਰਨੀ ਲਗਾ ਪ੍ਰਹਲਾਦ ਨਮਾਣਾ ਸੀ ਆ ਕੇ ਚਰਨ ਫੜ ਲੈ ਕਹਿਣ ਲਗੇ ਤੂੰ ਤੇ ਮੇਰਾ ਬੱਚਾ ਚਰਨ ਫੜ ਦੇ ਸ਼ਾਂਤ ਹੋ ਕੇ ਜਿਹੜਾ ਕੰਮ ਹਰ ਨਾਖਸ਼ ਨਹੀਂ ਕਰ ਸਕਿਆ ਦੇਵਤੇ ਨਹੀਂ ਕਰ ਸਕੇ ਇੱਕ ਨਿਮਾਣੇ ਜੇ ਬੱਚੇ ਨੇ ਕਰ ਦਿੱਤਾ ਮੈਂ ਹੋਰ ਇੱਕ ਪ੍ਰਮਾਣ ਦੇ ਦੇ ਆ ਪੰਜ ਚਾਰ ਬੱਚੇ ਹੋਣ ਤੇ ਇੱਕ ਬੱਚਾ ਹੋਵੇ ਨਵ ਜਨਮਿਆ ਮਾਂ ਅੱਗੇ ਪਿੱਛੇ ਕਿਸ ਦੇ ਭੱਜੇ ਫਿਰਦੀ ਹੈ ਵੱਡਿਆਂ ਦੇ ਨਹੀਂ ਜਿਹੜਾ ਸਭ ਤੋਂ ਛੋਟਾ ਜੈਸੇ ਇੱਕ ਜਨਨੀ ਕੇ ਹੋਂਤ ਹੈ ਅਨੇਕ ਸੁੱਤ ਸਭ ਹੀ ਮੈਂ ਅਦਕ ਪਿਆਰੋ ਸੁੱਤ ਗੋਦ ਕੋ ਸਿਆਣੇ ਸੁਤ ਬਣ ਜਿਵੇਂ ਹਰ ਕੇ ਵਿਚਾਰ ਬਖੇ ਗੋਦ ਮੇ ਅਜੇ ਤੇ ਹੇਤ ਸੰਪੇ ਨਾ ਸੋਹਦ ਕੋ ਪਲਣਾ ਸਵਾਏ ਪਲਣਾ ਪੰਘੂੜਾ ਪਲਣਾ ਸਵਾਏ ਮਾਇ ਗ੍ਰਹਿ ਕਾਜ ਲਾਗੇ ਜਾਏ ਘਰ ਦੇ ਕੰਮ ਕਰਦੀ ਸੁਣ ਸੁਤ ਰੁਧਣ ਪੁੱਤਰ ਰੋ ਪਿਆ ਪੈਪਿਆ ਵੇ ਮਨ ਮੋਦੀ ਛੋੜੇ ਸਾਰੇ ਕੰਮ ਉਥਈ ਦੌੜ ਪਈ ਆਕੇ ਦੁੱਧ ਪੇ ਹੁੰਦੀ ਐ ਜੋ ਹੀ ਆਪਾ ਖੋਏ ਗੁਰ ਚਰਨ ਸ਼ਰਨ ਰਹੇ पावे मुख पदवी आनंद बिनोद को आनंद बिनोद तो प्राप्त करदा निमाना हो रब तेरे पीछे पीछे भजया फिरेगा एक वचन है ना तू आ मैं बस बहुत के ना माने ना तू आ मैं बस भेद पढ़ा माने ना तू आ मैं बस तीर्थ नहाई है ना तू आ मैं बस धरती धाई है ना तू आ मैं बस केता स्यान पै ना तू आ मैं बस बहुता दान दे ਸਭ ਕੋ ਤੇਰਾ ਬਸ ਅਗਮੇ ਗੋਚਰਾ ਤੂੰ ਭਗਤਾਂ ਕਹਿ ਬਸ ਭਗਤਾਂ ਤਾਨ ਤੇਰਾ ਕਿਉ ਬੱਚੇ ਤੇ ਬਸ ਨਮਾਣਾ ਅਜੇ ਕੁਛ ਵੀ ਨਹੀਂ ਕਰ ਸਕਦਾ ਮਨ ਤੂੰ ਨਮਾਣਾ ਬਣ ਕੇ ਵੇਖ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਤਾ ਨਾਨਕੀ ਨੇ ਕਹਿ ਦਿੱਤਾ ਵੇਖ ਕਿੰਨਾ ਉਪਰਾਲਾ ਕਰ ਰਿਹਾ ਈ ਧੀਰਮਲ ਮਸਾਂ ਦੇ ਸਾਰੇ ਨਾਲ ਗੰਡੇ ਤੂੰ ਐਵੇਂ ਨਿਮਾਣਿਆ ਵਾਂਗੂ ਬਹਿ ਰਹਿਨਾ ਗਰੀਬਾਂ ਵਾਂਗ ਉਸਕੇ ਕਹਿਣ ਲੱਗੇ ਮਾਤਾ ਨਿਮਾਣਿਆ ਨੂੰ ਹੀ ਮਾਣ ਦਿੰਦਾ ਗਰੀਬ ਬਣਾਂਗਾ ਤੇ ਗਰੀਬ ਨਿਵਾਜ ਨਿਵਾਜੇਗਾ ਮੈਨੂੰ ਗਰੀਬ ਹੀ ਰਹਿਣ ਦੇ ਨਿਵਾਜੀਆ ਕਿਸ ਨੂੰ ਹਰ ਜੀ ਨਿਮਾਣਿਆ ਤੂੰ ਮਾਣ ਨਿੱਚੀ ਜੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨੀ ਚਾਹੀਦੀ ਹੈ ਜਿਹੜੇ ਵਿਚਾਰੇ ਕੁਝ ਵੀ ਨਹੀਂ ਹੈ ਉਹਨਾਂ ਨੂੰ ਕੁਝ ਬਣਾ ਦਿੰਦਾ ਮੱਤੇ ਰਿ ਕੁਦਰਤ ਤੋਂ ਕੁਰਬਾਨ ਹੈ ਅਫਸਾਇਸ ਕਿਤੇ ਸ਼ਲੋਕਾਂ ਚੋਂ ਇੱਕ ਸ਼ਲੋਕ ਯਾਦ ਆਇਆ ਜਿਹੜੇ ਪਿੱਛੇ ਪਿੱਛੇ ਤੁਰੇ ਫਿਰਦੇ ਸਨ ਕਦੀ ਕਿਸੇ ਦੇ ਪਿੱਛੇ ਕਿਸੇ ਦੇ ਉਹਨਾਂ ਨੂੰ ਆਗੂ ਬਣਾ ਦਿੰਦਾ ਪਾਸ਼ੰ ਇੱਥੇ ਵਿਸ਼ਰਾਮ ਦੇਣਾ ਪਾਸ਼ੰ ਕਰੋਤ ਅਗਰਨੀਵਹ ਉਹਨਾਂ ਨੂੰ ਆਗੂ ਬਣਾ ਦਿੰਦਾ ਨਿਰਾਸੰ ਆਸਪੂਰਨ ਰਾਸਿਆਂ ਦੀ ਆਸ ਪੂਰੀ ਕਰਦਾ ਨਿਰਤਨ ਭਇੰਤਨਵੰਤ ਨਿਰਦਨ ਤਨਵਾਨ ਹੋ ਜਾਂਦੇ ਨਿਰਦਨ ਭਯੰ ਤਨਵੰਤ ਰੋਗਿਆਂ ਰੋਗ ਖੰਡਨ ਰੋਗੀਆਂ ਦਾ ਰੋਗ ਮੁਕਾ ਦਿੰਦਾ ਨਿਰਦਨ ਭਯੰ ਤਨਵੰਤ ਰੋਗਿਆਂ ਰੋਗ ਖੰਡਨ ਭਗਤੰ ਭਗਤ ਦਾਨੰ ਪਾਰਵੰ ਕੋ ਕੀਰਤਨ ਪਾਰਵੰ ਰਾਮ ਨਾਮ ਗੁਣ ਕੀਰਤਨ ਪਾਰਵੰ ਪੁਰਖ ਦਾ ਤਾਰ ਨਾਨਕ ਗੁਰ ਸੇਵਾ ਕਿ ਨਾ ਲਬੇ ਤੇ ਗੁਰੂ ਦੀ ਸੇਵਾ ਨਾਲ ਕੀ ਨਹੀਂ ਲੱਭਦਾ ਭਲਿਆ ਲੋਕਾ ਨਮਾਨਾ ਬਣ ਕੇ ਤੇ ਵੇਖ ਇੰਨਾ ਮਾਣ ਦੇ ਦੇਵੇਗਾ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਨਮਾਨਿਆਂ ਨੂੰ ਮਾਣ ਦੇਂਦਾ ਨਮਾਨਿਆਂ ਨੂੰ ਇੰਨਾ ਮਾਣ ਦਿੰਦਾ ਹੈ ਕਿ ਰਾਜੇ ਵੀ ਉਹਨਾਂ ਦੇ ਅੱਗੇ ਝੁਕ ਜਾਂਦੇ ਨੇ ਹਰਜੀਨ ਨੇ ਮਾਨੇ ਆ ਮਾਣ ਦਿਵਾਏ ਉਹ ਐਸਾ ਕਰਦਾ ਹਰ ਕੀ ਵਡਿਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਨ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਜ ਜਨਾ ਜਗਤ ਆਣ ਸਭ ਪੈਰੀਂ ਭਾਏ ਬਾਕੀ ਅਵਸਥਾਰ ਆਓ ਸਰਵਣ ਕਰੋ ਇੱਕ ਵਾਰ ਸਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ 5 ਸੂਠ ਰਾਗ ਵਿੱਚ ਸਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ ਗਈ ਬਹੁੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਸ਼ਬਦ ਨੇ ਕੋਈ ਸਮਝਣ ਵਾਲੇ ਇੱਕ ਬਹੋੜ ਬੰਦੇ ਛੋੜ ਇੱਕ ਦਾਰੀ ਸ਼ਬਦ ਸਮਝਣ ਵਾਲਾ ਬਹੋੜ ਦਾ ਅਰਥ ਹੈ ਮੋੜਨ ਵਾਲਾ ਗੈਬ ਹੋੜ ਜੋ ਚਲੀ ਗਈ ਆਸੀ ਕੇ ਜੋ ਚਲੇ ਗਿਆ ਨਾ ਹੁਣ ਵਾਪਸ ਨਹੀਂ ਆਉਣਾ ਵਕਤ ਤੇ ਵਕਈ ਵਾਪਸ ਨਹੀਂ ਆਉਂਦਾ ਗਿਆ ਹੁਣ ਤੁਸੀਂ ਇੱਥੋਂ ਤੁਰ ਗਏ ਬਦੇਸ਼ ਤੇ 16 ਸਾਲਾਂ ਬਾਅਦ ਆਪ ਤੇ ਆ ਗਏ ਆਖੋਗੇ ਵੇਖੋ ਗਿਆ ਆ ਗਏ ਆ ਪਰ ਨਹੀਂ ਜਵਾਨੀ ਚ ਗਿਆ ਸੀ ਬੁੱਢੇ ਹੋ ਗਿਆ ਜੋ ਗਿਆ ਸੀ ਉਹ ਨਹੀਂ ਆਇਆ ਪਰੋ ਮਾਲਕ ਕੀ ਕਰਦਾ ਗੈਬ ਹੋ ਰੋ ਗੈ ਨੂੰ ਮੋੜਲੇ ਆਉਂਦਾ ਜਿਵੇਂ ਭਗਤ ਨਾਮਦੇਵ ਜੀ ਇਸ ਗੱਲ ਦਾ ਅਰਥ ਕਰ ਦਿੰਦੇ ਨੇ ਨਾਮੇ ਕੇ ਸੁਮੇ ਸੀਵ ਹੋਰੇ ਲੰਕ ਬਵੇਖਣ ਆਪਿਓ ਹੋ ਵੇਖਣ ਵਾਲੇ ਕਹਿੰਦੇ ਸਨ ਰਾਵਣ ਜਿਸ ਨੂੰ ਲੈ ਗਿਆ ਰਾਮਣ ਨਾਲ ਉਹ ਤੇ ਤਾਕਤਵਰ ਹੈ ਕੋ ਨਹੀਂ ਸੀਤਾ ਤੇ ਉਹਨੂੰ ਗਈ ਹੋਣ ਨਹੀਂ ਆਉਣੀ ਵਾਪਸ ਪਰ ਰਾਮ ਦੇ ਨਾਲ ਉਹ ਰਾਮ ਹੋ ਗਿਆ ਜਿਹੜਾ ਸਾਰੇ ਰਮ ਹੈ ਸੀਤਾ ਵਾਪਸ ਆ ਗਈ ਗਈ ਹੋਈ ਵੀ ਵਾਪਸ ਆ ਜਾਂਦੀ ਹੈ ਤੂੰ ਜੋ ਗਵਾ ਬੈਠਾ ਹੈ ਨਾ ਬੰਦਾ ਕਈ ਵਰੀ ਨਰਾਸ ਹੋ ਜਾਂਦਾ ਸਤਿਗੁਰੂ ਕਹਿੰਦੇ ਨੇ ਮੈਂ ਵੇਖ ਰਿਹਾ ਹਰ ਇੱਕ ਨਰਾਸ ਸੁਦਾ ਸੁਦਾਸੀ ਚਲਾ ਜਾਂਦਾ ਇੱਕ ਸਾਧੂ ਕੋਲ ਪੁੱਛਿਆ ਮਹਾਤਮਾ ਤੂੰ ਜ਼ਿੰਦਗੀ ਲਾਈ ਇਸ ਪਾਸੇ ਭਜਨ ਮੰਦਗੀ ਵੱਲ ਤੇ ਬੜਾ ਜਾਣੀ ਜਾਣ ਹੈ ਤੇ ਇੱਕ ਸਾਨੂੰ ਗੱਲ ਦੱਸਾ ਬੰਦੇ ਨੂੰ ਬੜਾ ਇਹ ਭੋਖ ਹੈ ਮਨ ਵਿੱਚ ਕਿ ਬੰਦੇ ਜੀਵ ਕਿੱਧਰੋਂ ਆਉਂਦੇ ਨੇ ਕਿੱਧਰ ਜਾਂਦੇ ਪੁੱਛ ਲਿਆ ਵੀ ਜੀਵ ਕਿੱਧਰੋਂ ਆਉਂਦੇ ਨੇ ਤੇ ਕਿੱਧਰ ਜਾਂਦੇ ਨੇ ਬੰਦਾ ਸੱਚਾ ਸੀ ਕਹਿਣ ਲੱਗਾ ਮੈਨੂੰ ਮੁਆਫ ਕਰ ਦਿਓ ਮੈਨੂੰ ਨਹੀਂ ਜੇ ਪਤਾ ਵੀ ਕਿੱਧਰੋਂ ਆਉਂਦੇ ਨੇ ਤੇ ਕਿੱਧਰ ਜਾਂਦੇ ਨੇ ਕਿਉਂਕਿ ਇਹ ਜਾਂਦੇ ਜਿੱਧਰ ਨੇ ਮੈਂ ਵੇਖਿਆ ਕੋਈ ਨਹੀਂ ਤੇ ਆਉਂਦੇ ਕਿੱਥੋਂ ਮੈਂ ਉਹ ਵੀ ਨਹੀਂ ਵੇਖਿਆ ਹਾਂ ਇੱਕ ਗੱਲ ਦਾ ਪਤਾ ਉਹ ਬੜੀ ਕੀਮਤੀ ਹੈ ਉਹ ਮੈਂ ਤੁਹਾਨੂੰ ਦੱਸ ਰਾਂ ਕਹਿਣ ਲੱਗੇ ਦੱਸ ਤੈਨ ਲਗਾ ਇਹਨਾ ਸਮਝਿਆ ਕਿ ਰੋਂਦੇ ਹੀ ਆਉਂਦੇ ਨੇ ਤੇ ਰੋਂਦੇ ਹੀ ਜਾਂਦੇ ਨੇ ਬਸ ਇਹਨਾ ਕੋ ਮੈਂ ਸਮਝਿਆ ਜੰਮਦਾ ਬਚਾ ਤੇ ਰੋਂਦਾ ਤੇ ਮਰਨ ਲੱਗਿਆ ਫੇਰ ਰੋਂਦਾ ਨਰਾਸ ਹੈ ਤੇ ਨਰਾਸ ਰੋਏਗਾ ਹੋਰ ਕੀ ਕਰੇਗਾ ਰੈਣ ਵਿਹਾਣੀ ਪਸ਼ੂਤਾਣੀ ਉੱਠ ਚਲੀ ਗਈ ਨਰਾਸ ਪਹੀਨ ਰਾਸੀ ਉੱਠ ਚਲੀ ਚਿਤ ਬੰਦ ਨਾ ਤੇਰਾ ਨਰਾਸ ਕਿਉਂ ਆ ਦੁਨੀਆ ਵਿੱਚ ਅੱਜ ਤੱਕ ਕਿਸੇ ਦੀ ਆਸ ਨਾ ਪੂਰੀ ਹੋਈ ਐ ਤੇ ਨਾ ਹੋਵੇਗੀ ਮੇਲ ਹੀ ਨਹੀਂ ਹੁੰਦਾ ਉਸ ਦਾ ਕਾਰਨ ਆਸ ਹੈ ਕੱਲ ਦੀ ਜੀਵਨ ਹੈ ਅੱਜ ਹਮੇਸ਼ਾ ਆਸ ਜਿਹੜੀ ਹੈ ਨਾ ਤੁਸੀਂ ਵੇਖੋ ਆਸ ਇੱਕ ਦਿਨ ਅੱਗੇ ਹੈ ਸਾਡੇ ਨਾਲੋਂ ਆਸ ਹੈ ਕਿ ਅੱਜ ਠੀਕ ਨਹੀਂ ਕੱਲ ਠੀਕ ਹੋ ਜਾਏਗਾ ਕੌਣ ਕਰੇਗਾ ਪੁੱਤਰ ਕਰੇਗਾ ਤੇ ਕਰੇਗੀ ਪਤਨੀ ਕਰੇਗੀ ਕਮਾਲ ਹਉਨਾਂ ਦੀਆਂ ਆਪਣੀਆਂ ਸਨ ਬੰਦਿਆ ਸੰਸਾਰ ਵਿੱਚ ਮਾਇਆ ਦੇ ਦੇਸ਼ ਵਿੱਚ ਅੱਜ ਤੱਕ ਨਾ ਕਿਸੇ ਦੀ ਆਸ ਪੂਰੀ ਹੋਈ ਔਰ ਨਾ ਹੋਵੇਗੇ ਮੈਂ ਪੱਕੇ ਮੋਹਰ ਲਾ ਦਿਆਂ ਸਤਿਗੁਰੂ ਨੇ ਜੋ ਸਾਨੂੰ ਫੜਾਈ ਹੈ ਦਿੱਤੀ ਹੈ ਬਾਣੀ ਹੈ ਉਹ ਹੈ ਕਰ ਕਰ ਥਕੇ ਵੱਡੇ ਵਡੇਰੇ ਤੇਰੇ ਵੱਡੇ ਵਡੇਰੇ ਉਹ ਕੁਝ ਕਰਦੇ ਰਹਿ ਕਰ ਕਰ ਥਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਅਜ ਤੱਕ ਨਹੀਂ ਕਿਸੇ ਕੋਲੋਂ ਹੋਇਆ ਨਿਰਾਸ਼ ਹੈ ਬੰਦਾ ਕਿ ਕੰਮ ਹੋਇਆ ਨਹੀਂ ਤੇ ਹੁਣ ਹੋਣਾ ਵੀ ਨਹੀਂ ਇੱਕ ਸ਼ਬਦ ਹੈ ਸੰਸਕ੍ਰਿਤ ਦਾ ਆਖਿਆਨ ਇਹਦਾ ਅਰਥ ਹੁੰਦਾ ਹੈ ਪ੍ਰਸੰਗ ਕਥਾ ਵਾਰਤਾ ਪੰਜਾਬੀ ਚ ਉਹ ਬਣ ਗਿਆ ਕਿ ਅਖਾਨ ਆਖਿਆਣ ਦਾ ਬਣ ਗਿਆ ਅਖਾਨ ਅਖਾਨ ਕਹੀ ਸੀ ਚੜਿਆ ਸੌ ਤੇ ਲੱਥਾ ਭਾਉ ਪਹਿਲਾ ਜਿਹੜਾ ਉਹ ਗਣ ਬੜਾ ਦੁਖਦਾਈ ਹੈ ਬੰਦਾ ਲੁਕਾਉਂਦਾ ਕਿਸੇ ਨੂੰ ਪਤਾ ਨਾ ਲੱਗ ਜਾਏ 5 10 ਹੋ ਜਾਂਨ 100 ਹੀ ਹੋ ਜਾਏ ਫਿਰ ਢੀਠ ਹੋ ਜਾਂਦਾ ਕਹਿੰਦਾ ਕੋਈ ਨਹੀਂ ਆਖੀ ਜਾ ਸਾਰਾ ਪਿੰਡ ਅਮਲੀ ਪਹਿਲੋਂ ਪਹਿਲ ਤੇ ਲੁਕਾਉਂਦਾ ਫਿਰ ਹੁਣ ਪ੍ਰਸਿੱਧ ਹੋ ਗਿਆ ਹੁਣ ਇਹ ਜਦੋਂ ਲਾਈ ਬੈਠਾ ਨਾ ਸਭ ਕੁਛ ਕਹਿੰਦਾ ਹੁਣ ਸਾਡਾ ਕੁਛ ਨਹੀਂ ਬਣਨਾ ਫਿਰ ਤੇ ਆਸ ਛੱਡ ਬੈਠਦਾ ਕਿ ਮੈਂ ਨਹੀਂ ਕਰ ਸਕਦਾ ਮੇਰਾ ਨਿਸਤਾਰਾ ਨਹੀਂ ਹੋ ਸਕਦਾ ਮੈਂ ਚੰਗਾ ਨਹੀਂ ਹੋ ਸਕਦਾ ਰੱਬ ਦਾ ਧਾਰਿਆ ਐਸੇ ਧਾਰੇ ਜਿਮ ਕੇ ਪੂਰਵ ਕਰਮ ਓਂਕਰ ਜੈ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੇ ਪਗਨ ਵਾਲ ਇਹੋ ਜਿਹੇ ਸਤਸੰਗੀ ਕੋ ਗੁਰਮੁਖ ਬਾਣੀ ਪੜਨ ਵਾਲਾ ਮਿਲਦਾ ਮਿਲ ਗਿਆ ਵੇਖਿਆ ਤੇ ਰੋ ਰਿਆ ਸੀ ਨੌਜਵਾਨ ਕਹਿਣ ਲੱਗਾ ਜੀ ਬੇਟਾ ਬਹਿ ਜਾ ਕਹਿਣ ਲੱਗਾ ਬੰਵਾਂ ਕਿ ਮੈਂ ਬਹਿ ਗਿਆ ਤੇ ਪਿੰਡ ਵਾਲਿਆਂ ਤੁਹਾਨੂੰ ਕੱਢ ਦੇਣਾ ਕਹਿਣ ਲੱਗਾ ਮੇਰੀ ਖੈਰ ਤੂੰ ਬਹਿ ਦਾਸ ਕਹਿਣ ਲੱਗਾ ਕੋਈ ਅਫਗਨ ਨਹੀਂ ਛੱਡਿਆ ਅੱਗੋਂ ਸੁਧਰ ਜਾਣ ਦੀ ਆਸ ਕੋ ਨਹੀਂ ਹੁਣ ਪੁਰਾਣਾ ਜ਼ਮਾਨਾ ਸੀ ਮਾਪ ਵੇਖਿਆ ਲੋਕੀ ਅੱਗ ਦੱਬੇ ਛੱਡਦੇ ਸਨ ਇਹ ਨਹੀਂ ਲਾਈਟਰ ਹੀ ਹੁੰਦੇ ਹੱਥ ਵਿੱਚ ਗੈਸ ਸ਼ੋਲਾ ਅੱਗ ਦੱਬਣੀ ਕਿ ਸਵੇਰੇ ਕੱਢ ਲਾਂਗੇ ਉਹ ਵਾਕਿਆ ਹੀ ਨਿਕਲ ਆਉਂਦੇ ਸੀ ਕਹਿਣ ਲੱਗਾ ਥੋੜੀ ਅੱਗ ਦੱਬੀ ਆ ਆ ਫੋਲ ਦੁੱਧ ਪਿਆ ਮੇਰੇ ਕੋਲ ਤੈਨੂੰ ਗਰਮ ਕਰਕੇ ਸ਼ਿਕਾਵਾਂ ਉਹ ਨਹੀਂ ਜਦੋਂ ਫੋਲਿਆ ਕਹਿਣ ਲੱਗਾ ਬਾਬਾ ਜੀ ਸੁਆ ਅੱਗ ਨਹੀਂ ਕਹਿਣ ਲੱਗਾ ਥੋੜਾ ਜਿਹਾ ਹੋਰ ਫੋਲ ਹੋਰ ਫੋਲਿਆ ਤੇ ਚੰਗਿਆੜਾ ਜਾਂ ਨਿਕਲਿਆ ਪਛੀਆਂ ਪਹੀਆਂ ਸਨ ਉਹ ਕੱਖ ਉੱਤੇ ਰੱਖੇ ਅੱਗ ਬਲ ਗਈ। ਦੁਦਿ ਸ਼ਕਾਇਆ ਕਹਿ ਲੱਗਾ ਕੋ ਮਾਤਾ ਆਈ ਸਮਝ ਆਈ ਕਹਿ ਲੱਗਾ ਜੀ ਕਿ ਕਹਿ ਲੱਗਾ ਸਵਾਦ ਢੇਰ ਵਿੱਚ ਵੀ ਥੋੜੀ ਜੀ ਚਿੰਗ ਹੈ ਸੀ ਤੇ ਅੱਗ ਬਲ ਗਈ। ਮੰਨ ਲਿਆ ਤੂੰ ਸਵਾਦ ਆ ਢੇਰ। ਤੂੰ ਪਾਪਾ ਨੇ ਤੈਨੂੰ ਸਾੜ ਦਿੱਤਾ ਸਵਾਦ ਆ ਢੇਰ। ਪਰ ਸੰਗਤ ਵਿੱਚ ਬਹਿ ਜਰਾ ਕੁ ਢੂੰਡੇਗਾ ਨਾ ਖੋਜੇਗਾ ਇਸ ਮਨ ਕੋ ਕੋਈ ਖੋਜੋ ਭਾਈ ਸ਼ਾਇਦ ਕੋਈ ਨਾਮ ਦਾ ਕਿਨਕਾ ਨਿਕਲ ਆਵੇ ਤੇ ਜੇ ਕੀਰਤਨ ਕਥਾ ਦੀ ਹਵਾ ਲੱਗ ਗਈ ਬਲ ਜਾਏ ਤੇ ਤੇਰੇ ਸਾਰੇ ਪਾਪ ਸੜ ਕੇ ਸੁਆਹ ਹੋ ਜਾਉ ਮੈਂ ਬੇਨਤੀ ਕਰਾਂ ਗਈ ਨੂੰ ਮੋੜਨ ਵਾਲਾ ਗੁਰੂ ਵੀ ਮੋੜਨ ਵਾਲਾ ਜਿਹੜੇ 52 ਕੈਦੀ ਰਾਜੇ ਗਏ ਸਨ ਉਹ ਕਹਿੰਦੇ ਸਨ ਇੱਥੇ ਜਾਂਦੇ ਤੇ ਵੇਖੇ ਨੇ ਇਥੋਂ ਆਉਂਦਾ ਵਾਪਸ ਕੋਈ ਨਹੀਂ ਵੇਖਿਆ ਇੱਥੇ ਹੀ ਮਰ ਜਾਂਦੇ ਛੱਡਦੇ ਨੇ ਜਿਵੇਂ ਉਹ ਸ਼ਮਸ਼ਾਨ ਘਾਟ ਲਈ ਇੱਕ ਵਿਦਵਾਨ ਨੇ ਕਿਹਾ ਸੀ ਇਹ ਜੋ ਦਿਸਣ ਢੇਰੀਆਂ ਆ ਜਿਹੜੀਆਂ ਢੇਰੀਆਂ ਦਿਸਦੀਆਂ ਹੁਣ ਤੇ ਹੋਰ ਗੱਲ ਹੈ ਨਾ ਬੰਦੇ ਜਿਆਦਾ ਮਰਦੇ ਨੇ ਤੇ ਕਾ ਜਿਹੜੇ ਸ਼ਮਸ਼ਾਨ ਘਾਟ ਨੇ ਉਹ ਢੀਕਦੇ ਨੇ ਭਾ ਇੱਕ ਚੁੱਕੋ ਇਹਦੇ ਫੁੱਲ ਚੁੱਕੋ ਅਸੀਂ ਵੀ ਕਰਨਾ ਪਿੰਡਾਂ ਦੇ ਵਿੱਚ ਥੋੜੇ ਥੋੜੇ ਘਰ ਹੁੰਦੇ ਸਨ ਉਹ ਢੇਰੀ ਬਣਾਦੇ ਇਹ ਜੋ ਦਸਨ ਢੇਰੀਆਂ ਉੱਡਦੇ ਜਾਪਣ ਕੱਖ ਆਉਂਦਾ ਕੋਈ ਨਾ ਜਾਪਦਾ ਜਾਂਦੇ ਵੇਖੇ ਲਖ ਜਿਹੜਾ ਇੱਕ ਵਾਰੀ ਤੁਰ ਗਿਆ ਵਾਪਸ ਨਹੀਂ ਆਇਆ ਗਏ ਜਾਂਦੇ ਤੇ ਵੇਖਿਆ ਰੋਜ਼ ਮੋਢਿਆਂ ਤੇ ਚੜ ਕੇ ਮੋਢਿਆਂ ਤੇ ਚੜ ਕੇ ਜਾ ਰਹੇ ਨੇ ਬੜਿਆਦਰ ਨਾਲ ਜਾ ਰਹੇ ਨੇ ਪਰ ਆਉਂਦਾ ਕੋਈ ਨਹੀਂ ਵੇਖਿਆ ਗੈਬ ਹੋੜ ਇਹ ਤੇ ਠੀਕ ਹੈ ਸਰੀਰ ਤੇ ਗਿਆ ਨਹੀਂ ਆਉਂਦਾ ਲੇਕਿਨ ਸਜਣਾ ਜਿਹੜੇ ਗੁਣ ਘਵਾ ਬੈਠਾ ਇਹ ਵਾਪਸ ਆ ਜਾਂਦੇ ਗੁਰੂ ਨੇ ਕਿਰਪਾ ਕੀਤੀ ਸਰੀਰ ਵੀ ਲੈ ਆਂਦੇ ਗਏ ਸੰ ਕੱਲੇ ਤੇ ਜਦੋਂ ਆਏ ਬਵਿੰਜ ਕੈਦੀ ਰਾਜੇ ਵੀ ਨਾਲ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਨਾ ਗੁਰਮੁਖ ਮਨ ਅਪਤੀਜ ਪਤੀਨਾ ਗੁਰੂ ਵੀ ਬੰਦੀ ਛੋੜ ਹੈ ਗੈਬਹੋੜ ਖਾਲਸਾ ਵੀ ਬੰਦੀ ਛੋੜ ਹੈ ਦਲ ਖਾਲਸਾ ਇੱਥੇ ਅਕਾਲ ਤਖਤ ਇਕੱਠਾ ਹੋਇਆ ਕਸੂਰ ਦਾ ਬ੍ਰਾਹਮਣ ਆ ਕੇ ਕਹਿਣ ਲੱਗਾ ਮੇਰੀ ਪਤਨੀ ਜੋਠਾ ਕੇ ਲੈ ਗਿਆ ਜ਼ਾਲਮ ਹੁਣ ਉਹ ਜਿੰਨੇ ਦਰਵਾਜੇ ਉੱਥੇ ਉਹਨੇ ਕਿਲੇ ਸਨ ਕਸੂਰ ਫਤਿਹ ਕਰਨਾ ਸੌਕਾ ਸੀ ਗਏ ਖਾਲਸੇ ਲੈ ਆਂਦੀ ਛੁੜਾ ਕੇ ਉਹ ਇਸ ਤਰੀਕੇ ਆ ਲੈ ਭਾਈ ਲੈ ਜਾ ਗੁਰੂ ਵੀ ਬੰਦੀ ਛੋੜਾ ਉਹਦਾ ਖਾਲਸਾ ਵੀ ਬੰਦੀ ਛੋੜਾ ਉਹ ਉਸਦੇ ਆਸਰੇ ਹੈ ਜੋ ਪ੍ਰਮਾਤਮਾ ਹੈ ਗਏ ਬਹੋੜ ਜੋ ਰੁੱੜ ਗਏ ਨੇ ਹਮਾਰੇ ਜਿਹੜੀ ਗਵਾ ਬੈਠਾ ਜਿਹੜੇ ਸਵਾਸ ਚਲੇ ਗਏ ਨੇ ਸਭ ਕੁਝ ਵਾਪਸ ਆ ਸਕਦਾ ਹੈ ਮੈਂ ਇੱਥੇ ਇੱਕ ਕਵਿਤਾ ਜ਼ਰੂਰ ਕਹਿ ਦਿਆਂ ਫਿਰ ਅੱਗੇ ਚੱਲੀਏ ਭਾਈ ਗੁਰਦਾਸ ਕਹਿੰਦੇ ਨੇ ਨਰਾਸ ਦੁਨੀਆ ਵੱਲੋਂ ਹੋ ਜਾ ਗੁਰੂ ਵੱਲੋਂ ਨਾ ਹੋਈ ਤਿਆਂ ਪੁੱਤਰਾਂ ਵੱਲੋਂ ਹੋ ਜਾ ਕੋਈ ਗੱਲ ਨਹੀਂ ਰਿਸ਼ਤੇਦਾਰਾਂ ਵੱਲੋਂ ਹੋ ਜਾ ਮਿੱਤਰਾਂ ਤੋਂ ਹੋ ਜਾ ਲੇਕਿਨ ਗੁਰੂ ਤੋਂ ਨਰਾਸ ਨਾ ਹੋਵੇਂ ਰੱਬ ਤੋਂ ਨਰਾਸ ਨਾ ਹੋਵੇਂ ਇਹ ਨਰਾਸਿਆਂ ਦੀ ਆਸ ਪੂਰੀ ਕਰਨ ਵਾਲਾ ਹੀ ਸੱਜਣਾ 베ੜੀ ਡੁੱਬਣ ਲੱਗੀ ਐ ਤੇ ਉਹ ਕਹਿੰਦੇ ਨੇ ਜੋ ਬਚਦਾ ਬਚਾਲਾ ਘਰ ਨੂੰ ਅੱਗ ਲੱਗ ਗਈ ਐ ਸੜ ਕੇ ਸੁਆਹ ਹੋ ਜਾਏਗਾ ਜੋ ਨਿਕਲਦਾ ਕੱਢ ਲੈ ਕਹਿੰਦੇ ਨੇ ਜੇ ਕਰ ਚੋਰ ਲੱਗੇ ਨੇ ਮੱਝ ਲੈ ਗਏ ਕੱਟੀ ਛਡਾਲਾ ਦੋ ਸਾਲਾਂ ਨੂੰ ਮੱਝ ਬਣ ਜਾਏਗੇ ਤੇ ਜੇਕਰ ਬੁੜਾਪੇ ਦਾ ਹੜਾ ਗਿਆ 베ੜੀ ਡੁੱਬਣ ਲੱਗੀ ਐ ਜਿਹੜੇ ਚਾਰ ਸਵਾਸ ਬਚੇ ਬਚਾਲਾ ਜੇ ਬੜਾ ਆਪੇ ਦਾ ਚੋਰ ਲੱਗ ਗਿਆ ਮੌਤ ਆ ਗਈ ਜੋ ਬਚਦਾ ਹੀ ਬਚਾਲਾ ਸੰਤ ਬਾਬਾ ਅਤਰ ਸਿੰਘ ਜੀ ਦਾ ਜੀਵਨ ਬਿਰਤਾਂਤ ਪੜੋ ਸੰਤ ਤੇਜਾ ਸਿੰਘ ਹੋਰਾਂ ਲਿਖਿਆ ਕਹਿੰਦੇ ਨੇ ਬਜ਼ੁਰਗ ਬਾਬਾ ਉਹ ਆਖੇ ਮੈਂ ਅੰਮ੍ਰਿਤ ਪਾਨ ਕਰਨਾ ਤੇ ਉਹਦੇ ਪੁੱਤਰ ਪੋਤਰ ਕਹਿਣ ਲੱਗੇ ਬਾਬਾ ਤੇਰੀ ਮਤ ਮਾਰੀ ਗਈ ਹੈ ਤੂੰ ਤੇ ਹੁਣ ਜਾਣਾ ਤੇਰੀ ਪੋਤਰੀ ਵਿਆਉਣੀ ਹੈ ਕਿਹੜਾ ਰਿਸ਼ਤਾ ਲਵੇਗਾ ਤੂੰ ਅਮਰਤ ਪਾਨ ਕਰ ਲਿਆ ਉਹਨਾਂ ਆਖਣਾ ਹੈ ਨਾ ਤੇ ਸਾਨੂੰ ਸ਼ਰਾਬ ਹੀ ਨਹੀਂ ਪਿਆਉਣੀ ਬਾਬੇ ਨੇ ਅਮਰਤ ਪਾਨ ਕਰ ਲਿਆ ਉਹ ਚੜਾਈ ਕਰ ਗਿਆ ਉਹ ਕਹਿਣ ਲੱਗੇ ਖੂਬ ਦੇ ਕਿਨਾਰਿਆਂ ਪਿਆਸਾ ਤੁਰ ਗਿਆ ਆਖੀਰ ਚਰਨੀ ਲੱਗਣ ਚਾਹੁੰਦਾ ਸੀ ਤੁਸੀਂ ਨਹੀਂ ਲੱਗਣ ਦਿੱਤਾ ਚੰਗਾ ਨਹੀਂ ਜੇ ਕੀਤਾ ਮੈਂ ਕਹਿੰਦਾ ਕਿਸੇ ਵੇਲੇ ਵੀ ਧਿਆਨ ਆ ਜਾ ਇੱਕ ਤੇ ਉਠਤ ਬੈਠਤ ਸੋਵਤ ਜਾਗਤਿ ਮਨ ਤੁਝੇ ਚਿਤਾਰੇ ਜਿਕੇ ਤੇ ਧਿਆਨ ਆਜੈ ਨ ਭੁੱਲ ਗਿਆ ਮੰਜੀ ਤੇ ਪਏਓ ਉਥੇ ਹੀ ਛੱਡਿਓ ਸ਼ੁਰੂ ਵਾਹਿਗੁਰੂ 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 ਪ੍ਰਸਾਦਾ ਸ਼ਕਲਿਆ ਜ਼ਰੂਰ ਆਖੋ ਰਹਿਣ ਦਿਨ ਸਰਬਤ ਤੂੰ ਹੈਂ ਹੀ ਗਾਮਨਾ ਜੇ ਜਨ ਸਰਬਤ ਨਾਮ ਤੇ ਰਧਿਆਮਨਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਨਾ ਸੁੱਤੇ ਉਠੇਓ ਨਹੀਂ ਯਾਦ ਆਇਆ ਜਦੋਂ ਆਇਆ ਉਸੇ ਵੇਲੇ ਆਖੋ ਵਾਹਿਗੁਰੂ 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 किस वेले भी याद करो तो मैं बेनती करा जवानी च करो बचपने च करो जो लंघ गई है बुढ़ापे च करो मैं कहना मरण लगे ही करो कुछ तो बंदा करे पर जित लागो मन वासना अंत साई प्रगटानी अंत प्रगट हो वासना तो फिर पहले क्यों ना ये संगत बच्चे बैठीए हां वो जरूर मोड़न वाला तू एक कदम पुट ਉਹ ਅਗੋਂ ਕਰੋੜਾਂ ਪੁੱਟਦਾ ਚਰਨ ਸ਼ਰਨ ਗੁਰੂ ਇੱਕ ਪੈੰਡਾ ਜਾਏ ਚੱਲ ਸਤਿਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਇਹ ਕਦੀ ਨਾ ਭੁੱਲਣਾ ਸਿੱਖ ਸਵਾ ਲੱਖ ਹੀ ਆ ਇੱਕ ਪ੍ਰਸ਼ਾਦਾ ਸਵਾ ਲੱਖ ਇੱਕ ਦੰਬੜਾ ਸਵਾ ਲੱਖ ਤੂੰ ਇੱਕ ਵਾਰੀ ਵਾਹਿਗੁਰੂ ਆਖੋ ਤੇਰੇ ਕੋਲੋਂ ਸਵਾ ਲੱਖ ਵਾਰੀ ਅਖਵਾਏਗਾ ਤੈਨੂੰ ਉਹਨੇ ਸਵਾ ਲੱਖ ਹੀ ਬਣਾਇਆ ਬਾ ਫੜਦਾ ਗਈ ਬਹੂੜ ਗਈ ਨੂੰ ਮੋੜਨ ਵਾਲਾ ਬੰਦੇ ਛੋੜ ਭਾਈ ਨੰਦ ਲਾਲ ਜੀ ਨੇ ਕਿਹਾ ਦੇ ਰਹੀ ਬੰਦਾ ਰਾਜ਼ ਕਹ ਦੇ ਗਮ ਗਮ ਦੀ ਕੈਤ ਤੋਂ ਮੈਨੂੰ ਮੁਕਤ ਕਰਾ ਕਹਿੰਦੇ ਨੇ ਕਰਵਣ ਵਾਲਾ ਅੰਕਾਰ ਦੁਖਦਾਰ ਇਹ ਧਾਰੀ ਸ਼ਬਦ ਦੇ ਅਰਥ ਕੀਤੇ ਸੰਸਕ੍ਰਿਤ ਤੋਂ ਬਧਾਰਨ ਪਰ ਦੂਸਰੇ ਪਾਸਿਓਂ ਧਾਰੀ ਰੱਖਣ ਵਾਲਾ ਦੁੱਖਾਂ ਤੋਂ ਰੱਖਣ ਵਾਲਾ ਬਚਾਉਣ ਵਾਲਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਹਾਂਜੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਮੇਰੀ ਤੇ ਹਾਲਤ ਐ ਕਿ ਲੋਭੀ ਵੀ ਹਾਂ ਮਾਇਆ ਧਾਰੀ ਮਾਇਆ ਧਾਰੀ ਇਹ ਨਹੀਂ ਕਿ ਬਹੁਤ ਮਾਇਆ ਹੋਵੇ ਮਾਇਆ ਧਾਰੀ ਨਹੀਂ ਗੱਲ ਪਕੜਦੀ ਐ ਜੇ ਬੰਨਣ ਦੰਦਣੀ ਬੰਨਣਾ ਕਰੋੜ ਨੇ ਨਹੀਂ ਬੰਨਣਾ ਲੰਗੋਟੀ ਨੇ ਵੀ ਬਣ ਜਾਣਾ ਉਹ ਸੁਖਦੇਵ ਨੇ ਕਿਹਾ ਸੀ ਜਦੋਂ ਜਨਕ ਮੈਂ ਭੱਜ ਕੇ ਤਾਂ ਚੱਲਿਆ ਕਿਤੇ ਲੰਗੋਟੀ ਨਾ ਸੜ ਜਾਏ ਕਹਿੰਨ ਲਗਾ ਸੰਤ ਜੀ ਮਹੱਲ ਨਹੀਂ ਬਨਦੇ ਲੰਗੋਟੀਆਂ ਵਿੱਚ ਬਨ ਲੈਂਦੀਆਂ ਨੇ ਗੱਲ ਤੇ ਹੈ ਬੰਦਨ ਦੇ ਗੱਲ ਹੈ ਮਾਇਆ ਧਾਰਿ ਉਹ ਹੈ ਜਿਹਨੂੰ ਮਾਇਆ ਦੀ ਪਕੜ ਹੈ ਭਾਵੇਂ 1 ਰੁਪਈਏ ਦੀ ਹੋਵੇ ਭਾਵੇਂ ਕਰੋੜ ਦੀ ਹੋਵੇ ਲੋਭੀ ਹਾਂ ਮਾਇਆ ਧਾਰਿ ਕਰਮ ਸ੍ਰੇਸ਼ਟ ਕਰਮ ਕਹਿੰਦੇ ਨੇ ਜੀ ਤੀਰਥ ਤੇ ਵਰਤ ਕਰੋ ਇਹ ਕਰੋ ਕਰੋ ਜਿਹੜੇ ਸ੍ਰੇਸ਼ਟ ਕਰਮ ਮੇਰੇ ਉਹ ਵੀ ਕੋਈ ਨਹੀਂ ਜਿਹੜੇ ਧਰਮ ਲੋਕ ਹੀ ਕਹਿੰਦੇ ਪੈ ਨੇ ਮੈਂ ਉਹ ਵੀ ਕੋਈ ਨਹੀਂ ਕਮਾਇਆ ਮੈਂ ਤੇ ਲੋਭੀ ਹਾਂ ਮਾਇਆ ਧਾਰੀ ਹਾਂ ਨਾਮ ਪਰ ਉਹ ਭਗਤ ਗੋਵਿੰਦ ਕਾ ਪਰ ਮੈਨੂੰ ਲੋਕੀ ਭਗਤ ਭਗਤ ਕਹਿਣ ਲੱਗ ਪੈ ਨੇ ਮੈਨੂੰ ਸਿੱਖ ਆਖ ਕੇ ਧਿਆਨ ਰੱਖਣਾ ਮੈਂ ਗੁਰਦੁਆਰੇ ਜਾਣਾ ਮੈਨੂੰ ਲੋਕੀ ਸਿੱਖ ਆਖਣ ਲੱਗ ਪੈ ਨੇ ਮੈਨੂੰ ਭਗਤ ਕਹਿੰਦੇ ਨੇ ਮੈਨੂੰ ਤੁਹਾਡਾ ਕਹਿਣ ਲੱਗ ਪਏ ਨੇ ਨਾਮ ਪਰਿਓ ਮੇਰਾ ਨਾਮ ਪੈ ਗਿਆ ਭਗਤ ਗੋਬਿੰਦ ਦਾ ਕਿ ਗੋਬਿੰਦ ਦਾ ਭਗਤ ਹੈ ਹਾਂ ਇਹ ਰਾਖੂ ਪੈਜ ਤੁਮਾਰੀ ਹੁਣ ਪਤ ਜਾਵੇ ਤਾਂ ਤੇਰੀ ਰਾਮ ਮੇਰਾ ਕੀ ਵਿਗਰੇਗਾ ਮੇਰਾ ਕੀ ਵਿਗਰੇਗਾ ਉਹਨਾਂ ਇੱਜ਼ਤ ਜਾਏ ਤੇ ਤੇਰੀ ਕਿਰਪਾ ਕਰ ਨਿਰਪਕੰਨਿਆ ਕੇ ਕਾਰਨ ਐਕ ਭਾਇਆ ਭੇਖ ਧਾਰੀ ਕਾਮ ਅਰਥੇ ਸੁਆਰਥੇ ਵਾਂਗ ਕੀ ਪੈ ਸਵਾਰੇ ਇਹ ਇੱਜ਼ਤ ਹੁਣ ਮੇਰੀ ਨਹੀਂ ਇਹ ਇੱਜ਼ਤ ਤੇਰੀ ਐ ਕਿਰਪਾ ਕਰਕੇ ਤੂੰ ਮੈਨੂੰ ਰੱਖ ਲੈ ਹਾਂਜੀ ਹਰ ਜਿਓ ਨਿਮਾਣੀ ਆ ਤੁਮਾਨ ਇਹ ਹਰਿ ਜਿਓ ਉਤੇ ਨਮਾਨਿਆਂ ਦਾ ਮਾਣ ਹੈ ਜਿਸ ਦਾ ਕੋਈ ਮਾਨ ਤਾਨ ਨਹੀਂ ਉਹਦਾ ਮਾਨ ਤਾਨ ਤੂੰ ਹੈ ਨਾ ਚੀਜ਼ਾਂ ਚੀਜ਼ ਕਰੇ ਮੇਰਾ ਗੋਵਿੰਦ ਜਿਨ੍ਹਾਂ ਦੀ ਕੋਈ ਹਸਤੀ ਨਹੀਂ ਨਾ ਚੀਜ਼ ਨੇ ਉਹਨਾਂ ਨੂੰ ਹਸਤੀ ਵਾਲਾ ਬਣਾ ਦੇਂਦਾ ਹੈ ਤੇਰੀ ਕੁਦਰਤ ਕੋ ਕੁਰਬਾਨ ਮੇਰਾ ਗੋਵਿੰਦ ਦਿਲਾਂ ਦੀਆਂ ਜਾਣਨ ਵਾਲਾ ਨਾ ਚੀਜ਼ਾਂ ਨੂੰ ਚੀਜ਼ ਕਰ ਦਿੰਦਾ ਮੈਂ ਕੁਦਰਤ ਹੁੰਦਾ ਤਾਕਤ ਤੇਰੀ ਹਸਤੀ ਤੇਰੀ ਇਸ ਤਾਕਤ ਤੋਂ ਮੈਂ ਕੁਰਬਾਨ ਜਾਣਾ ਇੰਨੀ ਤਾਕਤ ਤੇਰੀ ਜਿਹੜੇ ਜਗਤ ਵਿੱਚ ਗੁਮਨਾਮ ਤੇ ਪਹਿਨਾਮ ਫਿਰਦੇ ਸਨ ਪ੍ਰਗਟ ਭਏ ਸਭ ਜਗਤ ਮੈਂ ਫਿਰਤੇ ਪਹਿਨਾ ਗੁਮ ਸਨ ਉਹਨਾਂ ਨੂੰ ਜਾਣਦਾ ਕੋਈ ਨਹੀਂ ਸੀ ਉਹਨਾਂ ਦਾ ਨਾਮ ਪ੍ਰਗਟ ਹੋ ਗਿਆ ਸਾਰਾ ਜਗਤ ਉਹਨਾਂ ਨੂੰ ਜਾਣਨ ਲੱਗ ਪਿਆ ਹਾਂਜੀ ਰਹਾਓ ਹਾਂਜੀ ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ ਹੁਣ ਵੇਖੋ ਬੜਾ ਸੁਖੈਣ ਜਿਆ ਪ੍ਰਮਾਨ ਧਿਆਨ ਚ ਆਇਆ ਹਰ ਮਾਈ ਭਾਈ ਦੀ ਸਮਝ ਵਿੱਚ ਆਵੇ ਜਿਹੜੀਆਂ ਗਲਤੀਆਂ ਬੱਚੇ ਨੇ ਸਾਲ 2 ਸਾਲ 3 ਸਾਲ ਦੀ ਉਮਰ ਚ ਕੀਤੀਆਂ ਨੇ ਜੇ ਉਹ 18 ਸਾਲ ਦਾ 20 ਸਾਲ ਦਾ ਹੋ ਕੇ ਕਰੇ ਤੁਸੀਂ ਬਰਦਾਸ਼ਤ ਕਰੋਗੇ ਛੋਟੇ ਨੇ ਤੇ ਪਿਸ਼ਾਬ ਵੀ ਉੱਤੇ ਕਰ ਦਿੱਤਾ ਛੋਟੇ ਨੇ ਕੀ ਕੀ ਨਹੀਂ ਕੀਤਾ ਹੋਰ ਕੁਛ ਉਹਨੇ ਬੜਾ ਪਿਆਰਾ ਲੱਗਦਾ ਪਿਆ ਕਦੇ ਨਹੀਂ ਆਖਿਆ ਤੂੰ ਗਲਤੀ ਕੀਤੀ ਹੈ ਤੇ ਜੇ ਵੱਡਾ ਹੋ ਕੇ ਕਰੇ ਫੇਰ ਫੇਰ ਉਹਨੂੰ ਛੱਡਾਂਗੇ ਉਹਨੂੰ ਤੇ ਬਦਖਲ ਕਰ ਦਿੰਦਾ ਬੰਦਾ ਤੂੰ ਸਿਆਣਾ ਬਿਆਣਾ ਹੋ ਕੇ ਐਡੀਆਂ ਵੱਡੀਆਂ ਗਲਤੀਆਂ ਕਰ ਰਿਹਾ ਕਹਿੰਦੇ ਨੇ ਬੱਚਾ ਜਿਵੇਂ ਜੈਸੇ ਬਾਰਕ ਭਾਏ ਇੱਕ ਤੇ ਲਾੜ ਨਾਲ ਕਰਦਾ ਭਾਏ ਦਾ ਅਰਥ ਹੈ ਪ੍ਰੇਮ ਸੁਭਾਏ ਸੁਭਾਵਕ ਇੱਕ ਦੋ ਚਾਰ ਨਹੀਂ ਵਾਕਿਆ ਹੈ ਤੇ ਠੀਕ ਹੈ ਬੱਚੇ ਦੀਆਂ ਉਹ ਸਾਰੀਆਂ ਗਲਤੀਆਂ ਗਿਣਨ ਲੱਗੋਣਾ ਤੁਸੀਂ ਲੱਖਾਂ ਬਾਣੀ ਜਾਂਦੀਆਂ ਲੱਖ ਅਪਰਾਧਕ ਮਾਮਲਾ ਉਹ ਲੱਖਾਂ ਗਲਤੀਆਂ ਅਪਰਾਧ ਕਰਦਾ ਹੈ ਹਾਂਜੀ ਘਾਰੀ ਉਪਦੇਸ਼ ਝਿੜਕੇ ਬਹੁ ਪਾਤੀ ਬਾਹੂੜ ਪਿਤਾ ਗੱਲ ਲਾਵੇ ਪਿਤਾ ਉਪਦੇਸ਼ ਕਰਦਾ ਹੈ ਔਰ ਝਿੜਕਦਾ ਵੀ ਹੈ ਤੇ ਗੱਲ ਨਾਲ ਵੀ ਲਾ ਲੈਂਦਾ ਪਿਤਾ ਜਰਾ ਥੋੜਾ ਜਿਹਾ ਕਠੋਰ ਹੈ ਪਿਤਾ ਜਿਹੜਾ ਝਿੜਕਦਾ ਵੀ ਹੈ ਮਾਂ ਤੇ ਇਹਦੇ ਨਾਲੋਂ ਹੋਰ ਨਰਮ ਹੈ ਕਹ ਦਤਾ ਲਿਖੇ ਵਾਲੇ ਦਿਨ ਮਾਂ ਬਣ ਜਾਈਂ ਕਿਰਪਾ ਕਰੀ ਜਿਵੇਂ ਮਾਂ ਬਖਸ਼ ਲੈਂਦੀ ਹੈ ਨਾ ਸੋਤੇ ਅਪਰਾਧ ਕਰਤ ਹੈ ਜੇਤੇ जननी चीत राकस देते मैं आप देखे है उस दिन याद आया मां एक एक गलती दसती पाई गलत कर दखीर फिर पता आखियो जेना कमाल है दस तू सब कुछ देता है तो कहनी है आखे हूं कुछ ना तो दसिया क्यों जवाब यही मिलेगा दसना मेरा फर्ज है बचा मेरी ममता है ਮਾਂ ਬਚਾਉਂਦੀ ਐ ਪਿਤਾ ਵੀ ਬਚਾਉਂਦਾ ਪਿਤਾ ਦੀ ਉਹ ਅਣਸਾ ਪਰਜਰਾ ਪਿਤਾ ਛਿੜਕ ਦਿੰਦਾ ਪਰ ਫੇਰ ਗੱਲ ਨਾਲ ਲਾ ਲੈਂਦਾ ਕਹਿੰਦਾ ਹੈ ਤੇ ਤੂੰ ਮੇਰਾ ਗਲਤੀਆਂ ਕਰਨ ਅੱਗੋਂ ਨਾ ਕਰਿਆ ਕਰ ਹਾਂਜੀ ਪਿਛਲੀ ਉਹ ਗਨ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ ਰੱਬ ਦੇ ਪਿਆਰਿਆਂ ਵੀ ਇਹ ਗੱਲ ਦੁਹਰਾਈ ਹੈ ਕਿ ਗੁਰੂ ਨੇ ਸਿੱਖਾਂ ਨੂੰ ਵਾਰ-ਵਾਰ ਇੱਕ ਅਲੱਖ ਹੀ ਹੈ ਅੱਜ ਉਹ ਪੱਲੇ ਬਣ ਕੇ ਲੈ ਜਾਈਏ ਸਿੱਖਾ ਕਬਰਾਉਣ ਵਾਲੀ ਗੱਲ ਕੋਈ ਨਹੀਂ ਜਾਂ ਮੈਂ ਤੇਰੇ ਜਿੰਨੇ ਪਿਛਲੇ ਗੁਨਾਹ ਨੇ ਸਾਰੇ ਹੀ ਮਾਫ ਕੀਤੇ ਜਿੰਨੇ ਤੂੰ ਅੱਜ ਤੱਕ ਕੀਤੇ ਨੇ ਮਾਫ ਕੀਤੇ ਪਰ ਇੱਕ ਸ਼ਰਤ ਆ ਬਸ ਉਹ ਹੀ ਔਖੀ ਜਾਪਤੀ ਹੈ ਉਹ ਸ਼ਰਤ ਇਹ ਹੈ ਕਿ ਅੱਗੋਂ ਬੰਦ ਕਰ ਦੇ ਅੱਗੋਂ ਨਹੀਂ ਕਰਨਾ ਕਉੜੇ ਰਾਕੇਸ਼ ਦੇ ਕਰ ਦਿੱਤੇ ਪਰ ਉਸ ਦਿਨ ਤੋਂ ਬਾਅਦ ਉਹਨੇ ਬੰਦਾ ਨਹੀਂ ਖਾਦਾ ਉਹਨੇ ਉਹ ਬੰਦ ਕਰ ਦਿੱਤਾ ਸੱਜਣ ਠੱਗ ਨੂੰ ਮੁਆਫ ਕਰ ਦਿੱਤਾ ਪਰ ਉਸ ਦਿਨ ਤੋਂ ਬਾਅਦ ਠੱਗੀਆਂ ਬੰਦ ਭਉਮੀਆਂ ਚੋਰ ਨੂੰ ਮੁਆਫ ਕਰ ਦਿੱਤਾ ਪਰ ਉਸ ਦਿਨ ਤੋਂ ਬਾਅਦ ਚੋਰੀ ਬੰਦ ਹੋ ਗਈ ਉਹ ਤਿੰਨ ਬਚਨ ਜਿਹੜੇ ਸਨ ਉਹਨਾਂ ਚੋਰੀ ਕਰਨੀ ਨਹੀਂ ਦੇਤੇ ਕਹਿੰਦੇ ਨੇ ਪਿਛਲੇ ਅਵਗਨ ਬਖਸ਼ ਲੈ ਪਬ ਆਗੇ ਮਾਰਗ ਪਾਵੇ ਅਗੋਂ ਠੀਕ ਰਸਤਾ ਦੇ ਦਿੰਦਾ ਹੁਣ ਕਰਾਂ ਕਿ ਵੇਲਾ ਹੋਵੇਗਾ ਤੇ ਚੋਰੀ ਕਰੇਗਾ ਮੈਨੂੰ ਯਾਦ ਆਈ ਇੱਕ ਸੰਤ ਹੋਏ ਨੇ ਇੱਕ ਨਾਥ ਬੜੇ ਪ੍ਰਸਿੱਧ ਦੇ ਇਧਰ ਬੰਗਾਲ ਵਾਲੇ ਪਾਸੇ ਪੂਰਬ ਵਾਲੇ ਪਾਸੇ ਇੱਕ ਚੋਰ ਨਾਲ ਰਲ ਗਿਆ ਸੰਤਾਂ ਨਾਲ ਹੁਣ ਚੋਰ ਰਲ ਗਿਆ ਤੇ ਰਾਤ ਭਾਈ ਇਹ ਪਹਿਲੀ ਰਾਤ ਸਵੇਰੇ ਉੱਠ ਕੇ ਸਾਰੇ ਸੰਤ ਵਿਚਾਰੇ ਲੜਨ ਪਏ ਆਪਸੇ ਉਹ ਕਮੰਡਲ ਜਿਹੜਾ ਸੀ ਆਪੋ ਦਾ ਨਾ ਲੱਭੇ ਉਹ ਦੂਸਰੇ ਦੇ ਸਰਾਣੇ ਪਿਆ ਖੜਾਵਾ ਇਹਦੀਆਂ ਉਧਰ ਪਈਆਂ ਉਹ ਕਹਿ ਲਗੇ ਹੋਇਆ ਕਿ ਕਹਿ ਲਗਾ ਮਹਾਰਾਜ ਨਾ ਲੜੋ ਇਹ ਦਾਸ ਹੀ ਸਾਰੀ ਰਾਤ ਸੇਵਾ ਕਰਦਾ ਰਿਹਾ ਕਰਾਂ ਕਿ ਰਾਤ ਜਾਗਣ ਦੀ ਆਦਤ ਹੈ ਬਸ ਇਹ ਦਾ ਚੁੱਕਿਆ ਉਹਦੇ ਸਰਾਣੇ ਇਹ ਦਾ ਚੁੱਕਿਆ ਉਹਦੇ ਪਉਂਦ ਇਹ ਮੈਂ ਹੀ ਆਪਣੀ ਆਦਤ ਪੂਰੀ ਕਰਦਾ ਰਹੇ ਹਾਂ ਗੁਰੂ ਕੀ ਕਰਦਾ ਇਹਨੇ ਉਹ ਕਹਿੰਦਾ ਨਹੀਂ ਤੇ ਇਹੋ ਹੀ ਕਰੇਗਾ ਚੱਲ ਸੰਗਤਾਂ ਦੇ ਜੋੜੇ ਚ ਆਵਾ ਤੈਨੂੰ ਕੰਮ ਲਾਵਾਂ ਚਲ ਝਾੜੂ ਦੇ ਚਲ ਲੰਗਰ ਵਿੱਚ ਸੇਵਾ ਕਰ ਬੈਠ ਕੇ ਜੇ ਤੇਰਾ ਮਨ ਭੂਤ ਨਹੀਂ ਨਾ ਕਾਬੂ ਆਉਂਦਾ ਉਹ ਪੜੀ ਹੋਵੇਗੀ ਆਪਣੇ ਕਥਾਈਆਂ ਸੁਣੇ ਭੂਤ ਵਾਸ ਵਿੱਚ ਕਰ ਲਿਆ ਤੇ ਉਹ ਕਹਿਣ ਲੱਗੇ ਤੈਨੂੰ ਖਾ ਜਾਵਾਂਗਾ ਤੇ ਕੰਮ ਦੱਸ ਤੇ ਕੰਮ ਛਣਚ ਕਰ ਆਵੇ ਉਹਨੇ ਪਤਾ ਕੀ ਕੀਤਾ ਵਾਂਸ ਗੱਡ ਦਿੱਤਾ ਕਹਿਣ ਲੱਗਾ ਚੜੀ ਜਾ ਉਤਰੀ ਜਾ ਨਾ ਮੁੱਕੇ ਨਾ ਤੇਰੀ ਜਾਨ ਖਲਾਸ ਹੋ ਉਹਨਾਂ ਨੇ ਵੀ ਕਿਹਾ ਵਾਹ ਕਿਹੜਾ ਗੱਡੇ ਆ ਉਹਨਾਂ ਨੇ ਕਿਹਾ ਵਾਹਿਗੁਰੂ 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 ਕਰੀ ਜਾ ਇਹ ਨਹੀਂ ਮੁਕਣਾ ਕਰੀ ਜਾ ਸਿਮਰਨ ਨਾ ਇਹ ਭੂਤ ਵਿਹਲਾ ਹੋਵੇ ਤੇ ਨਾ ਇਹ ਕੋ ਕਰਮਾਂ ਵੱਲ ਜਾਵੇ ਇਹ ਅਗੇ ਮਾਰਗ ਭਾਵੇ ਚਲ ਬਾਣੀ ਪੜੀ ਜਾ ਇੱਕ ਪਾਸਿਓ ਸਮਾਪਤੀ ਹੁੰਦੀ ਸਹਿਜ ਪਾਠ ਦੀ ਫਿਰ ਆਰੰਭ ਕਰ ਲੈ ਉਥੋਂ ਸਮਾਪਤੀ ਹੁੰਦੀ ਫਿਰ ਆਰੰਭ ਕਰ ਲੈ ਇਹ ਮਨ ਨੂੰ ਲੱਤੀ ਰੱਖ ਇਹ ਤੇ ਖਰ ਕਾ ਪੈਂਖਰ ਤੋ ਛਟੇ ਜਾ ਉਪਰ ਲਾਦਾ ਤਾਹੇ ਇੱਕ ਕਰਮਾ ਤੋਂ ਬਜੇਗਾ ਹਾਂਜੀ ਹਰੀ ਅੰਤਰਜਾਮੀ ਸਭ ਬਿੱਦ ਜਾਣੇ ਹਰੀ ਹੈ ਅੰਤਰਜਾਮੀ ਵੈਸੇ ਘਬਰਾ ਜਾਂਦਾ ਹੈ ਬੰਦਾ ਅੰਤਰਜਾਮੀ ਉਹਦਾ ਨਾਂ ਸੁਣ ਕੇ ਘਬਰਾ ਜਾਂਦਾ ਉਹਦਾ ਕਾਰਨ ਕੀ ਹੈ ਬੰਦਾ ਚਾਹੁੰਦਾ ਅਵਗਣ ਕਰਲਮ ਪਰ ਅਵਗਣ ਦਾ ਪਤਾ ਨਾ ਲੱਗੇ ਅਵਗਣ ਬੁਰਾ ਨਹੀਂ ਫੜੇ ਜਾਣਾ ਬੁਰਾ ਮੈਂ ਵੇਖਿਆ ਵੱਡੇ ਵੱਡੇ ਗੁਨਾਹਗਾਰਾਂ ਨੂੰ ਅੱਜ ਵੀ ਸੋਚਨੇ ਆ ਸਜ਼ਾਾਂ ਐਸੀਆਂ ਦਿੱਤੀਆਂ ਗਈਆਂ ਅਰਬਾਂ ਵਿੱਚ ਚੋਰਾਂ ਦੇ ਹੱਥ ਕੱਟੇ ਜਾਂਦੇ ਸਨ ਕੁਝ ਇਸਲਾਮੀ ਦੇਸ਼ ਅੱਜ ਵੀ ਮੈਂ ਪੜ ਕੇ ਹੈਰਾਨ ਹੋਇਆ ਕਿ 150 ਸਾਲ ਪਹਿਲੇ ਇੰਗਲੈਂਡ ਵਿੱਚ ਸ਼ਰਿਆਮ ਚੋਰਾਂ ਨੂੰ ਕੋਰੜੇ ਮਾਰੇ ਜਾਂਦੇ ਸਨ ਤੇ ਕੋਰੜੇ ਖਾਣ ਦੇ ਮਰ ਜਾਂਦੇ ਸਨ ਕਈ ਉਹ ਜਿੱਥੇ ਕੋੜ ਦੇ ਮਾਰੇ ਗਏ ਨਾ ਲੱਖਾਂ ਬੰਦੇ ਇਕੱਠੇ ਹੋਏ ਉੱਥੇ ਵੀ ਲੋਕਾਂ ਦੀਆਂ ਜੇਬਾਂ ਕਟੀਆਂ ਗਈਆਂ ਕਮਾਲ ਗੱਲ ਐ ਸਜ਼ਾ ਦਿੱਤੀ ਜਾ ਰਹੀ ਐ ਉਹ ਆਪਣਾ ਕੰਮ ਕਰੀ ਜਾ ਰਿਹਾ ਜਿੱਥੇ ਹੱਥ ਕੱਟੇ ਜਾਂਦੇ ਸਨ ਉੱਥੇ ਵੀ ਲੋਕਾਂ ਦੀਆਂ ਜੇਬਾਂ ਕਟੀਆਂ ਗਈਆਂ ਇਹ ਬੰਦੇ ਦਾ ਜਿਹੜਾ ਮਾਣਾ ਨਾ ਇਹ ਕਹਿੰਦਾ ਪਹਿਲਾ ਕਮਲਾ ਸੀ ਫੜਿਆ ਗਿਆ ਤੂੰ ਨਹੀਂ ਫੜੇ ਜਾਣਾ ਚੋਰੀ ਬੁਰੇ ਨਹੀਂ ਕਰ ਬੇਅਦਵੇ ਤੂੰ ਨਹੀਂ ਫੜੇ ਜਾਣਾ ਪਰ ਨਹੀਂ ਰੱਬ ਕੋਲੋਂ ਕਿੱਥੇ ਲੋਕ ਆਏਗਾ ਬੰਦਿਆ ਅਨ ਕਹੇ ਰਾਤੜੇ ਆ ਬਾੜ ਤੇ ਵੇਲੀ ਰਾਮ ਪਾਪ ਕਮਾਮ ਦੇ ਆ ਤੇਰੇ ਕੋਈ ਨਾ ਵੇਲੀ ਰਾਮ ਗੁਰੂ ਅੰਗਦ ਦੇਵ ਦੇ ਨਾਲ ਬਾਬਾ ਅਮਰਦਾਸ ਤੁਰ ਰਹਾ ਸਨ ਤੇ ਸਾਡੀ ਇੱਕ ਆਦਤ ਆ ਚੱਲਦੀਆਂ ਨੇ ਲੱਤਾਂ ਤੇ ਹਿਲਦੀਆਂ ਨਾਲ ਬਾਹਾਂ ਮੈਨ ਇਹ ਪਤਾ ਕਿਉਂ ਆ ਡਾਰਵਿਨ ਕਹਿੰਦਾ ਹੈ ਇਹਦਾ ਪਿੱਛਾ ਬਾਂਦਰ ਤੇ ਚਮਾ ਹੱਥਾਂ ਪੈਰਾਂ ਨਾਲ ਤੁਰਦਾ ਸੀ ਉਹ ਆਦਤ ਅਜੇ ਵੀ ਹੈ ਕਿ ਬਾਹਾਂ ਹਿਲਦੀਆਂ ਨੇ ਨਾਲ ਇੱਕ ਹੱਥ ਅੱਗੇ ਹੋ ਗਿਆ ਤੇ ਬੰਨਿਆ ਕਪੜਾ ਗਲ ਚ ਬੰਨ ਲਿਆ। ਸਤਿਗੁਰੂ ਪੁੱਛਦੇ ਨੇ ਇੱਕ ਝੋਟ ਲੱਗ ਗਈ ਕਹਿਣ ਲੱਗੇ ਜੀ ਲੱਗ ਗਈ ਬੇਕਾਰ ਹੋ ਗਿਆ ਹੱਥ। ਕੀ ਹੋਇਆ? ਬਯਦਵੀ ਦੀ ਝੋਟ ਲੱਗੀ। ਅਸੀਂ ਪਿੱਛੇ ਤੁਰਨਾ ਮੇਰਾ ਹੱਥ ਤੁਹਾਡੇ ਤੋਂ ਅੱਗੇ ਕਿਉਂ ਹੋਇਆ? ਅੱਜ ਹੱਥ ਅੱਗੇ ਹੋਇਆ ਕੱਲ ਮਨ ਅੱਗੇ ਹੋਵੇਗਾ। ਮਨ ਮਰਜ਼ੀਆਂ ਕਰਾਂਗਾ। ਸਤਿਗੁਰਾਂ ਗੰਢ ਖੋਲ ਦਿੱਤੀ। ਕਹਿਣ ਲੱਗੇ ਸਾਕੀ ਵੀ ਜਿਹੜਾ ਸੁਣੇਗਾ ਅਦਰ ਵਿੱਚ ਆ ਜਾਏਗਾ ਸਤਕਾਰ ਵਿੱਚ ਆ ਜਾਏਗਾ ਬੰਦੇ ਯਾਦ ਰੱਖ ਜੋ ਤੂੰ ਕੀਤਾ ਉਹ ਤੇ ਜਗਤ ਵੀ ਵੇਖ ਲੈਂਦਾ ਪਰ ਜੋ ਤੂੰ ਸੋਚਿਆ ਉਹ ਅੰਤਰਜਾਮੀ ਜਾਣਦਾ ਈ ਤੇਰੇ ਦਿਲ ਦੀਆਂ ਜਾਣਦਾ ਹਰ ਅੰਤਰਜਾਮੀ ਸਭ ਵਿਦ ਜਾਣੇ ਵਿਦ ਹਾਲਤ ਤੇਰੇ ਮਨ ਦੀ ਦਸ਼ਾ ਕਿ ਹੁਣ ਤੂੰ ਭਲਾ ਸੋਚ ਰਿਹਾ ਈਆਂ ਬੁਰਾ ਹੁਣ ਤੇਰੀ ਨੀਅਤ ਕੀ ਹੈ ਕਰਮ ਦੀ ਨਹੀਂ ਗੱਲ ਨੇ ਨੀਅਤ ਤੇਰੀ ਕੀ ਹੈ ਬੋਰਾ ਉਹ ਹੈ ਜਿਸਕੇ ਕੇ ਨੀਅਤ ਬੁਰੀ ਹੈ ਉਹ ਅੰਤਰਜਾਮੇ ਦਿਲ ਦੀਆਂ ਜਾਣਨ ਵਾਲਾ ਤੇਰੇ ਸੋਚੇ ਦਾ ਵੀ ਲੇਖਾ ਹੋਣਾ ਅੰਦਰ ਜੋ ਹੈ ਉਸ ਦਾ ਵੀ ਲੇਖਾ ਹੋਣਾ ਹੈ ਤਾਂ ਕਿਸ ਪਹਿ ਅੱਖ ਸੁਣਾਈਏ ਜੇ ਉਹ ਦਿਲਾਂ ਦੀਆਂ ਜਾਣਦਾ ਤੇ ਫਿਰ ਹੋਰ ਕਿਸੇ ਕੋਲ ਦੁੱਖ ਰੋਂਦਾ ਕੀ ਫਾਇਦਾ ਦੁੱਖ ਇੱਕ ਪਾਸ ਹੀ ਆਖ ਹੈ ਮੈਂ ਥਾਂ ਥਾਣਾ ਦੁੱਖ ਰੋਂਦਾ ਫਿਰ ਕੋਈ ਸਮਰਥ ਨਹੀਂ ਤੇਰਾ ਦੁੱਖ ਮੁਟਾਵੇ ਕਿਸ ਨੂੰ ਆਕੇ ਸੁਣਾਏ ਕਹਿਣ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਕਹਿਣ ਨਾਲ ਕਥਨੀ ਨਾਲ ਚੰਗੇ ਚੰਗੇ ਸ਼ਬਦ ਮਹਾਰਾਜ ਅਸੀਂ ਤੇ ਬਾਪੂਆਂ ਮਹਾਰਾਜ ਤੁਸੀਂ ਤਾਰਨਾ ਚੁੰਨ ਲੋ ਚੰਗੇ ਚੰਗੇ ਸ਼ਬਦ ਉਹ ਵੇਖਦਾ ਇਹਦਾ ਮਨ ਕੀ ਹੈ ਅੰਦਰੋਂ ਕੀ ਹੈ ਉਸ ਮਾਈ ਨੂੰ ਯਾਦ ਕਰੋ ਮਾਈ ਤਾਬੋ ਨੂੰ ਪ੍ਰਸ਼ਾਦਾ ਸ਼ਕਰਾਏ ਗੁਰੂ ਹਰ Rai ਸਾਹਿਬ ਤੇ ਉਹ ਪਤਾ ਕੀ ਕਹਿ ਰਹੀ ਮਹਾਰਾਜ ਤੁਸੀਂ ਪਾਪੀ ਅਸੀਂ ਪਤਤ ਪਾਵਣਾ ਤੁਸੀਂ ਪਾਪੀ ਅਸੀਂ ਪਧਿਓ ਅਸਨ ਲਗੇ ਸਤਿਗੁਰੂ ਸ਼ਕੀਆ ਇੱਕ ਸਿੱਖਣੇ ਹਲਾ ਦਿੱਤਾ ਮਾਈ ਕੀ ਆਖ ਰਹੀ ਸਤਿਗੁਰਾਂ ਤੁਸੀਂ ਪਾਪੀ ਅਸੀਂ ਪਦ ਕਹਿਣ ਲਗੇ ਉਹ ਸਿੱਖਾ ਕੀ ਕੀਤਾ ਬੜਾ ਆਨੰਦ ਆ ਰਿਹਾ ਸੀ ਤੇ ਇੱਕ ਪੰਕਤੀ ਪੜੀ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀਖ ਹਰੇ ਹਰ ਪਾਣ ਅੰਦਰੋਂ ਤੇ ਹੋਈ ਗੈ ਰਹੇ ਸੀ ਕਿ ਅਸੀਂ ਪਾਪੀ ਤੁਸੀਂ ਪਤਤ ਪਾਵਣ ਕਹਿਣ ਲੱਗੇ ਗੱਲ ਹੈ ਅੰਦਰ ਦੀ ਪਾਈ ਅੰਦਰੋਂ ਸ਼ੁੱਧ ਸੋਨਾ ਹੋਵੇ ਮੈਂ ਕਹਿਨਾ ਬਾਹਰੋਂ ਮਲਮਾ ਛਾੜਦੇ ਹੋ ਕਿਤੇ ਸੋਨਾ ਅੰਦਰੋਂ ਸ਼ੁੱਧ ਹੋਵੇ ਉਹ ਤੇ ਪਤਾ ਲੱਗੇ ਅੱਗ ਚ ਪਾਓਗੇ ਮਲਮਾ ਉੱਡ ਜਾਣਾ ਸੋਨਾ ਰਹਿ ਜਾਣਾ ਪਰ ਬਾਹਰੋਂ ਪਾਲਸ਼ ਕੇਤੇ ਹੋਵੇ ਅੰਦਰੋਂ ਹੋਵੇ ਖੋਟਾ ਉਹ ਤੇ ਉੱਗੜ ਗਿਆ ਖੋਟਾ ਫਸ ਢਬੂਆ ਨਦਰਸਰਾਪਾ ਆਇਆ ਜਦੋਂ ਨਦਰ ਸਰਾਪਾਂ ਦੇ ਆਇਆ ਤੇ ਖੋਟ ਜਿਹੜਾ ਸੀ ਸਾਹਮਣੇ ਆ ਗਿਆ ਕਹਣੇ ਕਥਨ ਨਾ ਭੀਜੈ ਗੋਵਿੰਦ ਉਹ ਨਹੀਂ ਭੇਜਦਾ ਨਰੀਆਂ ਗੱਲਾਂ ਨਾਲ ਹਰ ਭਾਵੈ ਪੈਜ ਰਖਾ ਜਿਹੜਾ ਹਰੀ ਨੂੰ ਪੈ ਭਾਜ ਆਏ ਉਸ ਦੀ ਇੱਜ਼ਤ ਰੱਖਦਾ ਹੈ ਹਾਂ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹੀਆਂ ਓਟਾਂ ਵੇਖ ਲਈਆਂ ਸਾਰੀਆਂ ਕੱਚੀਆਂ ਸਾਰੇ ਸਹਾਰੇ ਕੱਚੇ ਸਾਰੇ ਧੋਖਾ ਦੇਣ ਵਾਲੇ ਕਬੀਰ ਕਾਰਨ ਬਪਰਾ ਕੀਆ ਕਰੇ ਜੋ ਰਾਮ ਨਾ ਕਰੈ ਸਹਾਈ ਜਿੰਨੇ ਡਾਲੀ ਪਗ ਧਰਨੋ ਸੋਈ ਮੁਰਮੁਰ ਜਾਏ ਕੱਚੀਆਂ ਟੇਕਾਂ ਨੇ ਬਸ ਮੈਂ ਇੱਕ ਤੇਰੀ ਟੇਕ ਹੀ ਰੱਖੇ ਹੈ ਹਾਂਜੀ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਉਹ ਜਦ ਦਿਆਲ ਹੋ ਜਾਂਦਾ ਤੇ ਉਹ ਹੈ ਹੀ ਦਿਆਲ ਉਹ ਹੈ ਹੀ ਦਇਆ ਦਾ ਕਰ ਹੈ ਉਹ ਕਿਰਪਾ ਦਾ ਘਰ ਉਹ ਦਇਆਲ ਕਿਰਪਾਲ ਕਿਰਪਾ ਕਰਦਾ ਹੈ ਦਇਆ ਕਰਦਾ ਹੈ ਤੇ ਅਰਦਾਸ ਸੁਣਦਾ ਬੇਨਤੀ ਸੁਣਦਾ ਹੈ ਇੱਕ ਗੱਲ ਯਾਦ ਰੱਖਣੇ ਅਰਦਾਸ ਗਰੰਥੀ ਸਿੰਘੇ ਨਹੀਂ ਕਰ ਰਿਹਾ ਅਰਦਾਸੀਆ ਅਸੀਂ ਸਾਰੇ ਹੀ ਅਰਦਾਸ ਕਰ ਰਹੇ ਹਾਂ ਅਸੀਂ ਕਈ ਵਾਰੀ ਸੁਣਨ ਵਾਲਿਆਂ ਵਿੱਚ ਹੋ ਜਾਂਦੇ ਆ ਪੁੱਲ ਕੇ ਗਲਤੀ ਨਾ ਕਰਨੇ ਅਰਦਾਸ ਸੁਣਨ ਵਾਲਿਆਂ ਵਿੱਚ ਨਹੀਂ ਅਰਦਾਸ ਕਰਨ ਵਾਲਿਆਂ ਵਿੱਚ ਅਰਦਾਸ ਅਰਦਾਸੀਆ ਬੇਸ਼ੱਕ ਕਰ ਰਿਹਾ ਹੈ ਕਰਨੀ ਹੈ ਸਿ ਸਾਰਿਆਂ ਸੁਣਨੀ ਹੈ ਪ੍ਰਮਾਤਮਾ ਨੇ ਸੁਣਨ ਵਾਲਾ ਇੱਕ ਹੈ ਪਰ ਕਈ ਵਾਰੀ ਤੇ ਅਸੀਂ ਤੇ ਉਚੇਚਾ ਧਿਆਨ ਦੇਨੇ ਆ ਕਿ ਦਮੜੇ ਦਿੱਤੇ ਨੇ ਨਾਮ ਇਹਰਾ ਕਿੱਥੇ ਕਾਉਂਦਾ ਆਉਂਦਾ ਵੀ ਇਹ ਕਿ ਨਹੀਂ ਆਉਂਦਾ ਅੱਜ ਉਹ ਥੋੜਾ ਜਿਹਾ ਘਟਿਆ ਔਰ ਇੱਥੇ ਵੀ ਦਰਬਾਰ ਸਾਹਿਬ ਵੀ ਸ਼ੁਰੂ ਹੁੰਦਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਕੜਾ ਪ੍ਰਸ਼ਾਦ ਫਿਰ ਕੁਝ ਪਰਿਵਾਰਾਂ ਦਾ ਫਿਰ ਧਿਆਨ ਆਇਆ ਧੰਨ ਤੇ ਵੱਧਦਾ ਜਾ ਰਿਹਾ ਤੇ ਨਾ ਲੈਂਦੇ ਸਾਰੀ ਦਿਹਾੜੀ ਲੰਘ ਜਾਏਗੀ ਕੀਰਤਨ ਦਾ ਟਾਈਮ ਕਦੋਂ ਮਿਲੇਗਾ ਉਹ ਨਾ ਬੰਦ ਕਰ ਦੇਤੇ ਜਿੰਨਾ ਜਿੰਨਾ ਕੜਾ ਪ੍ਰਸ਼ਾਦ ਭੇਟਾ ਕੀਤਾ ਸਾਰ ਸਮੋਚਿਆਂ ਦਾ ਹੋ ਗਿਆ ਬੰਦੇਆ ਇੱਥੇ ਆ ਕੇ ਵੀ ਜੇ ਤੂੰ ਆਪਣਾ ਨਾਂ ਹੀ ਲੱਭਦਾ ਫਿਰਨਾ ਮੈਂ ਵੇਖਿਆ ਸੀ ਇੱਕ ਸਾਜਣ ਪਾਤਸ਼ਾਹ ਦੇ ਹਜ਼ੂਰੀ ਚ ਬੈਠਾ ਇਹ ਸੱਚੀ ਗੱਲ ਤੁਹਾਨੂੰ ਸੁਣਾ ਰਿਹਾ ਆਉਂਦਾ ਈ ਉਹ ਸਭ ਤੋਂ ਪਹਿਲੇ ਅੰਦਰ ਨਹੀਂ ਮੱਥਾ ਟੇਕਣ ਜਾਣਾ ਸੱਲ ਦੇ ਕੋਲ ਜਾਣਾ ਉਹ ਕੇਸ ਏ ਬਜ਼ੁਰਗ ਦਾ ਨਾਂ ਲਿਖਿਆ ਸੀ ਕਿ ਇੰਨੇ ਪੈਸੇ ਦਿੱਤੇ ਬਸ ਉਹਨੂੰ ਜਾ ਕੇ ਪਹਿਲੇ ਵੇਖਣਾ ਗੁਰਤ ਵਾਰੇ ਆ ਕੇ ਤੂੰ ਰੱਬ ਦਾ ਨਾਮ ਲੱਭਣਾ ਸੀ ਇੱਥੇ ਵੀ ਆਪਣਾ ਹੀ ਨਾਮ ਲੱਭਣਾ ਪਿਆ ਆਪਣੇ ਨਾਮ ਨਾਲ ਤੇ ਹੰਕਾਰ ਰੱਬ ਦੇ ਨਾਮ ਵਿੱਚ ਅੰਮ੍ਰਿਤ ਹੈ ਉਹ ਜਦੋਂ ਕਿਰਪਾਲ ਹੁੰਦਾ ਦਇਆਲ ਹੁੰਦਾ ਏ ਅਸੀਂ ਕਰੀਏ ਅਰਦਾਸ ਨਿਮਾਣੇ ਨਿਤਾਣੇ ਹੋ ਕੇ ਉਹ ਆਹ ਬੇਨਤੀ ਸੁਣਦਾ ਹੈ ਹਾਂ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕਾ ਮਨ ਕੀ ਚਿੰਤੀ ਬੇਨਤੀ ਸੁਣ ਲਈ ਸੁਣ ਕੇ ਉਹਨੇ ਮੰਨ ਲਈ ਤੇ ਕੀ ਕੀਤਾ ਕਹਿ ਲੈ ਜੋ ਤੂੰ ਅੱਜ ਤੱਕ ਕੀਤਾ ਤੈਨੂੰ ਫਲ ਮੈਂ ਇਹ ਦੇਣਾ ਕਿ ਤੈਨੂੰ ਗੁਰੂ ਮਿਲ ਦੇਣਾ ਪੂਰੇ ਸਤਿਗੁਰੂ ਨਾਲ ਮੇਲ ਮਿਲਾ ਦਿੰਦਾ ਹੈ ਗੁਰੂ ਐਵੇਂ ਨਹੀਂ ਮਿਲ ਗਿਆ ਇੱਕ ਪੰਕਤੀ ਸੁਣੋ ਨਦਰ ਕਰਹਿ ਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ ਇਕ ਕਿੰਨੇ ਦਿਨ ਬਾਅਦ ਮਿਲੇ ਆਏ ਇਹ ਜੀਓ ਬਹੁਤੇ ਜਨਮ ਭਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸੁਭਾਅ ਆ ਪੂਰਾ ਗੁਰੂ ਮਿਲਾ ਦੇਂਦਾ ਹੈ ਹਾਂਜੀ ਹਰ ਹਰ ਨਾਮ ਆਵ ਖਦਮੁਖ ਪਾਇਆ ਸਭ ਚੋਕੇ ਮਨ ਕੀ ਚਿੰਤਾ ਗੁਰੂ ਮਿਲ ਗਿਆ ਤੇ ਮਨ ਦੀ ਜਿਹੜੀ ਚਿੰਤਾ ਸੀ ਨਾ ਜਿਹੜੀ ਚਿੰਤਾ ਚੰਤ ਤਹੀ ਦੀਸੈ ਸਭ ਕੋ ਚਿੰਤਾ ਚਖਾ ਬਰੋਬਰ ਕਹੀ ਹੈ ਕਾਲਮ ਨੇ ਲਿਖਿਆ ਬੜਾ ਸੁੰਦਰ ਉਹ ਕਹਿੰਦਾ ਯਕ ਮੁਰਗ ਦੀ ਦਮ ਨਾ ਪਾਉ ਨਾ ਪਰ ਨਾ ਆਸ਼ਕ ਮੇ ਮਾਦਰ ਨਾ ਪੁਸ਼ਤੇ ਪੈਦਾਰ ਨਾ ਬਾਰੇ ਆਸਮਾਨ ਨਜ਼ੀਰ ਜ਼ਮੀਂ ਹਮੇਸ਼ਾ ਖੁਰਦ ਗੋਸ਼ਤੇ ਆਦਮੀ ਮੈਂ ਐਸਾ ਪੰਖੀ ਵੇਖਿਆ ਨਾ ਪੈਰ ਤੇ ਨਾ ਪਰ ਪਰ ਬੰਦੇ ਦਾ ਗੋਸ਼ਤ ਖਾਂਦਾ ਉਹ ਕਿਹੜਾ ਚਿੰਤਾ ਉਹ ਚਿੰਤਾ ਗੁਰੂ ਨੇ ਮੁਕਵਾ ਦਿੱਤੀ ਸਭ ਚੋਕੀ ਮਨ ਕੇ ਚਿੰਤੇ ਹਾਂਜੀ ਆਖਰੀ ਪੰਕਤੀ ਹੈ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰੂ ਨੇ ਕਿਆ ਬਿਮਾਰੀਆਂ ਤੇ ਬਹੁਤ ਨੇ ਪਰ ਇੱਕੋ ਹੀ ਦੁਆ ਹੈ ਤੇਰੇ ਮੂੰਹ ਚ ਪਾ ਦੇਣਾ ਦਵਾਈ ਪੁਰਾਣੇ ਵੈਦ ਕਹੀ ਬਿਮਾਰ ਹੁੰਦਾ ਸੀ ਉਹ ਕਹਿੰਦੇ ਅਸ ਤੂੰ ਇੱਧਰ ਉੱਧਰ ਨਾ ਕਿਤੇ ਸੁੱਟ ਦੇਵੇਂ ਤੇ ਪੁੜੀ ਆਪ ਹੀ ਮੂੰਹ ਦੇ ਵਿੱਚ ਪਾ ਦਿਆ ਨੇ ਇਹ ਵੀ ਕਿਹਾ ਲੈ ਤੇਰੇ ਮੂੰਹ ਚ ਹੀ ਪਾ ਦਿਆਂ ਕਿਹੜਾ ਨਾਮ ਸਰਬ ਰੋਗ ਕਾ ਖੁਦ ਨਾਮ ਹਰ ਹਰ ਨਾਮ ਆਵਖਦ ਕਿੱਥੇ ਪਾਇਆ ਮੁਖ ਪਾਇਆ ਮੂੰਹ ਵਿੱਚ ਪਾ ਦੈਤਾ ਜਨ ਨਾਨਕ ਹਾਂਜੀ ਜਨ ਨਾਨਕ ਸੁਖ ਵਸੰਤੀ ਸਾਹਿਬ ਕਹਿੰਦੇ ਨੇ ਹੁਣ ਮੈਂ ਸੁਖ ਨਾਲ ਵਸ ਰਹੀ ਆ ਸੁਖ ਦਾ ਕਿਉਂਕਿ ਪਤੀ ਮਾਲਕ ਉਹ ਹੈ ਮੈਂ ਤੇ ਉਸ ਦੀ ਸੁਆਗਣ ਹੁਣ ਸੁਖ ਦਾ ਵਸੀਬਾ ਮੈਨੂੰ ਮਿਲ ਗਿਆ ਹੈ ਜਿੰਨੀਆਂ ਗਲਤੀਆਂ ਸਨ ਮੁੱਕ ਗਈਆਂ ਜੋ ਗਵਾ ਬੈਠੀ ਸਨ ਸਭ ਕੁਝ ਵਾਪਸ ਆ ਗਿਆ ਸਮਰੱਥਾ ਪਾਤੇ ਜਿੰਨਾ ਦਿਨ ਚ ਲੋਕੇ ਬੱਚੀਆਂ ਦੂਸਰਿਆਂ ਦੀਆਂ ਉਠਾ ਕੇ ਲੈ ਜਾਂਦੇ ਸਨ ਜਿੰਨਾ ਵੀ ਸਮਰੱਥਾ ਸੀ ਉਹਨਾਂ ਦੀਆਂ ਉਸ ਦਿਨ ਵੀ ਗਹਿਣੇ ਪਾ ਕੇ ਬਾਜ਼ਾਰ ਵਿੱਚੋਂ ਫੇਰਉਂਦੀਆਂ ਸਨ ਕੋਈ ਅੱਖ ਕਰਕੇ ਨਹੀਂ ਸੀ ਵੇਖਦਾ ਪ੍ਰਮਾਤਮਾ ਦੀ ਸੁਹਾਗਣ ਜਿਹੜੀ ਬਣ ਗਈ ਉਹ ਤੇ ਸੁੱਖ ਦਾ ਵਸੀਬਾ ਉਸ ਦਾ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਨਰਾਸ ਨਹੀਂ ਹੋਣਾ ਮੈਂ ਕਹਿਨਾ ਕਰੋੜਾਂ ਅਫਗਨ ਚਾ ਹੋ ਜਾਵਾਂ ਬੁਢਾਪਾ ਵੀ ਆ ਜਾਏ ਬੰਦਿਆ ਜੇ ਕਰ ਤੂੰ ਇਹ ਸਮਝੇ ਨਾ ਉਹ ਸਭ ਕੁਝ ਮੋੜਨ ਵਾਲਾ ਹੈ ਅਜੇ ਵੀ ਮੈਨੂੰ ਬਖਸ਼ੇਗਾ ਜੇ ਬੇੜੀ ਡੱਬ ਰਹੀ ਹੈ ਬਚਾ ਲਵਾ ਜੋ ਨਿਕਲਦਾ ਕੱਢ ਲਵਾ ਜਿਹੜੇ ਸਵਾਸ ਬਚੇ ਨੇ ਇਹੀ ਮੇਰੇ ਘਰੀ ਆ ਜਾਣ ਸਤਿਗੁਰੂ ਮਿਹਰ ਕਰੇ ਸਿਰ ਦੇ ਵਿੱਚ ਵਸਿਆ ਆਖਿਆ ਹੋਇਆ ਅੰਮ੍ਰਿਤ ਬਾਣ ਕਰੀਏ ਰਹਿ ਤਾਰੀ ਹੋਈਏ ਗੁਰੂ ਕੇ ਬਣੀਏ ਗੁਰੂ ਦੇ ਦੱਸੇ ਮਾਰਗ ਉੱਤੇ ਚੱਲੀਏ ਸਤਿਗੁਰੂ ਸਰਬੱਤ ਨੂੰ ਚਰਨੀ ਲਾਵੇ ਸਰਬੱਤ ਦਾ ਭਲਾ ਕਰੇ ਮਿਹਰ ਕਰੇ ਹਰ ਮੁਸ਼ਕਲ ਤੋਂ ਬਚਾਏ ਤਾਤੀ ਵਾ ਉਹਨਾਂ ਲੱਗੇ ਪਾਰ ਬ੍ਰਹਮ ਸਰਨਾਈ ਸਰਬੱਤ ਸਾਧ ਸੰਗਤ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨ ਗੁਰੂ ਰਾਮਦਾਸ ਦੇ ਅਸਥਾਨ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਦੇ ਸਵਾਰੇ ਹੋਏ ਸਿੱਖ ਪੰਥ ਦੀ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਰਗੰਤੀ ਸਾਹਿਬ ਉਹਨਾਂ ਦਾ ਧੰਨਵਾਦ ਦੋ ਦਿਨ ਹਾਜ਼ਰੀ ਭਰਦੇ ਆ ਬਿਆਨਤ ਭੁੱਲਾਂ ਹੋਈਆਂ ਹੋਣਗੀਆਂ ਬਖਸ਼ ਲੈਣਾ ਭੁੱਲਾਂ ਮੁਆਫ ਕਰਨੀਆਂ ਸਮਰੱਥਾ ਬਖਸ਼ਣੇ ਸੇਵਾ ਕਰਨ ਦੀ ਆਖਰੀ ਪੰਕਤੀਆਂ ਸਰਵਨ ਕਰੋ ਜੀ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਬ ਖੁਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ